ये जिहड़े नवें गैंगस्टर्स पैदा हो रहे ये क्यों पैदा हो रहे हैं, कि इन्नी खुले इन्हां लोकां नूं कि नवें गैंगस्टर्स पैदा हो सकदे आ। ਜਿੱਦਾਂ ਕਿਸੇ ਵੱਡੇ ਜਿਹੜੀ ਸਿਆਸੀ ਸਰਪ੍ਰਸਤ ਤੇ ਘਟਨਾ ਵਾਪਰ ਜਾਂਦੀ ਹੈ ਜਾਂ ਉਹਦੇ ਪਰਿਵਾਰ ਤੇ ਚਾਹੇ ਪੁਲਿਸ ਅਫੀਸਰ ਤੇ, ਉਦੋਂ ਤਾਂ ਇੱਕ ਜਿਹੜਾ ਸਾਡਾ ਅਥਾਰਟੀਜ਼ ਹੈ ਪ੍ਰਸ਼ਾਸਨ ਛੇਤੀ ਹਰਕਤ ਆ ਜਾਂਦਾ ਹੈ। ਪੈਸੇ ਦੇ ਚੁੱਕੀ ਫਿਰਦੇ ਸੀ, ਦਿੰਦੇ ਕਿਹਨੂੰ? ਨੰਬਰ ਦੋ ਤੇ ਉੱਥੋਂ ਦੇ ਉਹਨਾਂ ਦੇ ਐਮ ਐਲ ਏ ਨੇ ਉਹਨਾਂ ਨੂੰ ਕਿਹਾ ਸੀ ਪੈਸੇ ਦੇ ਦਿਓ। ਜਦੋਂ ਅਸੀਂ ਕਹਿੰਦੇ ਹਾਂ ਵੀ ਸਰਕਾਰ ਗੈਂਗਸਟਰਾਂ ਦਾ ਕਿਉਂ ਨੀ ਕਾਬੂ ਕਰਦੀ, ਤੇ ਉਹ ਅੱਗੋਂ ਕਹਿੰਦੇ 76 ਸਾਲ ਤੁਸੀਂ ਕਿੱਥੇ ਸੀ, 76 ਸਾਲ ਕਿੱਥੇ ਸੀ? ਹੁਣ ਤਾਂ ਸਰਕਾਰ ਨੇ ਹੀ ਮੰਨ ਲਿਆ ਨਾ ਵੀ ਇਹ ਨਵਾਂ ਗੈਂਗ ਸੀ। ਜੇ ਜੇਲ੍ਹਾਂ 'ਚ ਮੋਬਾਈਲ ਤੇ ਬੀੜੀਆਂ ਤੇ ਚਿੱਟਾ ਬੰਦ ਕਰ ਦੇਣ ਨਾ ਤੇ ਇਹਨਾਂ ਦੀ ਤਾਂ ਸਰਕਾਰ ਫੇਲ ਹੋ ਜੂਗੀ। ਅੱਜ ਕਿੱਥੋਂ ਜਾਣਾ ਰੋਜ਼ ਅਹਿਮਦਾਬਾਦ ਜਹਾਜ਼ ਤੇ? ਦੇਖੋ ਨਵੇਂ ਵੀ ਇਹੋ ਆ ਜੀ, ਪੁਰਾਣਿਆਂ ਦੇ ਵਿੱਚੋਂ ਨਵਿਆਂ ਦੇ ਵਿੱਚੋਂ ਵੀ ਹੋਣ ਵਾਲੇ ਐਮ ਐਲ ਏ ਸਰਕਾਰਾਂ ਦੇ ਨਾਲ ਰਿਲੇਸ਼ਨ ਅਸੀਂ ਦੱਸ ਸਕਦੇ ਹਾਂ ਵੀ ਫਲਾਨਾ ਫਲਾਨਾ ਗੈਂਗਸਟਰ ਜਾਂ ਫਲਾਨਾ ਫਲਾਨਾ ਜਿਹੜਾ ਬਦਮਾਸ਼ ਆ ਜੀ, ਉਹ ਫਲਾਨੇ ਐਮ ਐਲ ਏ ਦੀ ਗੱਡੀ ਦੇ ਵਿੱਚ ਬੈਠਾ ਹੋਣਾ। ਹਰਿੰਦਰ ਜੀ ਸਿੰਘ ਥਾਂਡੀ ਦਾ ਕਮੈਂਟ ਆਇਆ ਕਿ ਇਹ ਛੇਤੀ ਪੈਸਾ ਇਕੱਠੇ ਕਰਨ ਦੀ ਨੀਝ ਨੇ ਪੰਜਾਬ ਨੂੰ ਛੇਤੀ ਹੀ ਬਰਬਾਦ ਕਰ ਦੇਣਾ ਵਾ। ਨਮਸਕਾਰ, ਅਸਲਾਮੁਲ ਏਕਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਕਮਰ ਸੰਧੂ। ਇਸ ਵੇਲੇ ਨੌਰਥ ਅਮਰੀਕਾ 'ਚ ਹੈ ਵੀਰਵਾਰ ਦੀ ਸ਼ਾਮ, ਭਾਰਤ 'ਚ ਸ਼ੁੱਕਰਵਾਰ ਦੀ ਸਵੇਰ। ਨਾਨਕਸ਼ਾਹੀ ਸੰਮਤ 554, ਅੱਜ ਪੋਹ ਦੀ ਸੰਗਰਾਂਦ ਹੈ, ਪੋਹ ਦੀ ਪਹਿਲੀ ਤਰੀਕ ਹੈ। ਔਰ ਤੁਸੀਂ ਦੇਖ ਰਹੇ ਜੇ ਤੁਹਾਡਾ ਆਪਣਾ ਸ਼ੋਅ ਹੈਲੋ ਗਲੋਬਲ ਪੰਜਾਬ, ਜੋ ਗਲੋਬਲ ਪੰਜਾਬ ਟੀਵੀ ਅਤੇ ਚੈਨਲ ਪੰਜਾਬੀ 'ਤੇ ਇਸ ਵੇਲੇ ਲਾਈਵ ਟੈਲੀਕਾਸਟ ਹੈ। ਅਸੀਂ ਇਸ ਵੇਲੇ ਗਲੋਬਲ ਪੰਜਾਬ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਹਾਂ, ਔਰ ਇਹਨੂੰ ਮੇਰੇ ਨਿੱਜੀ ਫੇਸਬੁੱਕ ਪੇਜ ਉੱਪਰ ਕ੍ਰੋਸ ਪੋਸਟ ਵੀ ਕੀਤਾ ਜਾ ਰਿਹਾ। OTT ਪਲੇਟਫਾਰਮ ਜੀਓ ਟੀਵੀ ਅਤੇ ਡੈਲੀ ਹੰਟ ਉੱਪਰ ਵੀ ਤੁਸੀਂ ਇਸ ਸ਼ੋਅ ਨੂੰ ਦੇਖ ਸਕਦੇ ਜੇ। ਇਹਨਾਂ ਐਪਸ ਨੂੰ ਡਾਊਨਲੋਡ ਕਰਨਾ ਹੋਊਗਾ ਇਸ ਪ੍ਰੋਗਰਾਮ ਨੂੰ ਦੇਖਣ ਵਾਸਤੇ। ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਨਕੋਦਰ ਦੇ ਵਿੱਚ ਇੱਕ ਵਪਾਰੀ ਦੀ ਹੱਤਿਆ ਦੀ। ਐਕਚੁਲੀ ਇਹ ਦੋਹਰਾ ਹੱਤਿਆ ਕਾਂਡ ਆ, ਕਿਉਂਕਿ ਉਹਦਾ ਗਨਮੈਨ ਵੀ ਹਫ਼ਤਾ ਕੁ ਪਹਿਲਾਂ ਜਿਹੜਾ ਉਹਦੇ 'ਤੇ ਹਮਲਾ ਹੋਇਆ ਸੀ ਉਹਦੇ 'ਚੋਂ ਮਾਰਿਆ ਗਿਆ। ਇਸ ਵਪਾਰੀ ਨੂੰ ਤਿਮੀ ਚਾਵਲਾ ਨਾਂ ਦਾ ਵਪਾਰੀ, ਭੁਪਿੰਦਰ ਸਿੰਘ ਚਾਵਲਾ ਉਹਦਾ ਪੂਰਾ ਨਾਮ ਆ, ਉਹਨੂੰ ਫਰੌਤੀ ਦੀਆਂ ਨੂੰ ਧਮਕੀਆਂ ਆ ਰਹੀਆਂ ਸੀ। ਫਰੌਤੀ ਦੇਣ ਦੀ ਉਹਨੂੰ ਗੁਹਾਰ ਲਾਈ ਜਾ ਰਹੀ ਸੀ। ਉਹਨੂੰ ਕਿਹਾ ਜਾ ਰਿਹਾ ਸੀ ਕਿ 30 ਲੱਖ ਰੁਪਈਆ ਜਲਦੀ ਤੋਂ ਜਲਦੀ ਉਹ ਦੇਵੇ। ਉਹਨੇ ਪੁਲਿਸ ਨੂੰ ਰਿਪੋਰਟ ਕੀਤੀ, ਪੁਲਿਸ ਨੇ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ। ਪਰ ਇਸ ਦੇ ਬਾਵਜੂਦ ਹਫ਼ਤਾ ਪਹਿਲਾਂ 7 ਦੀ ਸ਼ਾਮ ਨੂੰ ਉਹਨੂੰ ਕੁਝ ਅਣਪਛਾਤੇ ਲੋਕਾਂ ਨੇ ਆ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ। ਪੁਲਿਸ ਨੇ ਇਸ ਮਸਲੇ ਦੇ ਵਿੱਚ ਬੜੀ ਸਨਸਨੀਖੇਜ਼ ਖੁਲਾਸੇ ਕੀਤੇ ਨੇ। ਉਹਨਾਂ ਨੇ ਕਿਹਾ ਵਾ ਕਿ ਇਸ ਹੱਤਿਆਕਾਂਡ ਦੇ ਵਿੱਚ ਕੋਈ ਨਵਾਂ ਗੈਂਗਸਟਰਸ, ਨਵਾਂ ਗੈਂਗ, ਨਵਾਂ ਗੁੱਟ ਜਿਹੜਾ ਵਾ ਉਹ ਇਨਵੋਲਵਡ ਆ, ਔਰ ਇਸ ਗੁੱਟ ਦਾ ਸਰਗਨਾ ਜਿਹੜਾ ਵਾ ਉਹ ਅਮਰੀਕਾ 'ਚ ਆ। ਕੁਝ ਬੰਦੇ ਪਿੰਡ ਦੇ, ਉਸੇ ਪਿੰਡ ਦੇ, ਮਾਲੜੀ ਪਿੰਡ ਦੇ ਜਿੱਥੋਂ ਉਹ ਸਰਗਨਾ ਵਾ ਉਹ ਸ਼ਾਮਿਲ ਨੇ, ਔਰ ਬਾਕੀ ਲੋਕ ਜਿਹੜੇ ਨੇ ਉਹ ਬਠਿੰਡਾ ਜ਼ਿਲ੍ਹੇ ਤੋਂ ਨੇ। ਪੁਲਿਸ ਨੇ 3 ਬੰਦਿਆਂ ਨੂੰ ਹਿਰਾਸਤ 'ਚ ਵੀ ਲਿਆ ਵਾ, 4 ਹੋਰ ਬੰਦਿਆਂ ਦੀ ਭਾਲ ਆ। ਇਸ ਕੇਸ ਦੇ ਵਿੱਚ ਟੋਟਲ 5 ਬੰਦੇ ਹਮਲਾ ਕਰਨ ਵਾਸਤੇ ਆਏ ਸੀ। ਸੋ ਸਿਕਿਉਰਿਟੀ ਦੇ ਬਾਵਜੂਦ ਇਸ ਵਪਾਰੀ ਨੂੰ ਮਾਰ ਦਿੱਤਾ ਗਿਆ। ਇਸ ਹੱਤਿਆ ਦੇ, ਦੋਹਰੇ ਹੱਤਿਆਕਾਂਡ ਦੇ ਜਾਂ ਇਸ ਵਪਾਰੀ ਦੇ ਉੱਤੇ ਹਮਲੇ ਦੇ ਕੀ ਅਰਥ ਨੇ, ਕੀ ਮਾਇਨੇ ਨੇ? ਇਹ ਜਿਹੜੇ ਨਵੇਂ ਗੈਂਗਸਟਰਸ ਪੈਦਾ ਹੋ ਰਹੇ ਇਹ ਕਿਉਂ ਪੈਦਾ ਹੋ ਰਹੇ ਆ? ਕੀ ਇੰਨੀ ਖੁੱਲ੍ਹੇ ਇਹਨਾਂ ਲੋਕਾਂ ਨੂੰ ਕਿ ਨਵੇਂ ਗੈਂਗਸਟਰਸ ਪੈਦਾ ਹੋ ਸਕਦੇ ਆ? ਇਹ ਜਿਹੜਾ ਨੈਕਸਸ ਬਣਿਆ ਵਾ ਬਾਹਰਲੇ ਮੁਲਕਾਂ ਦੇ ਵਿੱਚ ਕੁਝ ਲੋਕ ਰਹਿੰਦੇ ਆ, ਔਰ ਇੱਥੇ ਲੋਕ ਜਿਹੜੇ ਸ਼ੂਟਰਸ ਨੇ ਜਾਂ ਜਿਹੜੇ ਰੈਕੀ ਕਰਕੇ ਉਹਨਾਂ ਨੂੰ ਦੱਸਦੇ ਆ ਜਾਂ ਉਹਨਾਂ ਦੇ ਇੰਸਟਰਕਸ਼ਨਸ 'ਤੇ ਕੰਮ ਕਰਦੇ ਨੇ, ਇਹਨਾਂ ਦਾ ਕੀ ਮਕਸਦ ਆ? ਕੀ ਇਹਨਾਂ ਨੂੰ ਪੁਲਿਸ ਤੋਂ ਖੌਫ ਨਹੀਂ? ਹਥਿਆਰ ਕਿੱਥੋਂ ਆ ਰਹੇ ਆ? ਵੈਪਨਸ ਔਰ ਬਾਕੀ ਜਿਹੜਾ ਸਾਜੋ ਸਮਾਨ ਆ ਉਹ ਕੌਣ ਪ੍ਰੋਵਾਈਡ ਕਰਦਾ ਵਾ? ਬਹੁਤ ਸਾਰੇ ਸਵਾਲ ਉੱਠਦੇ ਆ, ਔਰ ਇਹ ਸਭ ਦੇ ਵਿੱਚ ਪੁਲਿਸ ਵੱਲੋਂ ਬੜੇ ਵੱਡੇ ਵੱਡੇ ਵਾਅਦੇ ਦਾਅਵੇ ਕੀਤੇ ਜਾ ਰਹੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਨਵੇਂ ਗੈਂਗਸਟਰਸ ਪੈਦਾ ਹੋ ਰਹੇ ਆ। ਇਸ ਨਵੇਂ ਗੈਂਗਸਟਰਸ ਦਾ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੇ ਵਿੱਚ ਕਿੰਨਾ ਕੁ ਵੱਡਾ ਰੋਲ ਆ, ਇਹਦੇ ਕੀ ਅਰਥ ਨੇ, ਔਰ ਕੀ ਕਰਨ ਦੀ ਲੋੜ ਆ? ਇਹਦਾ ਜੋ ਹੋ ਰਿਹਾ ਵਾ, ਫਰੌਤੀਆਂ ਮੰਗੀਆਂ ਜਾ ਰਹੀਆਂ ਵਾ, ਸਿਕਿਉਰਿਟੀ ਦੇ ਬਾਵਜੂਦ ਹੱਤਿਆ ਕੀਤੀ ਜਾ ਰਹੀ, 3 ਬੰਦਿਆਂ ਦੀ ਸਿਕਿਉਰਿਟੀ ਦੇ ਬਾਵਜੂਦ ਹੱਤਿਆ ਹੋ ਗਈ, ਇਸ ਦੇ ਕੀ ਮਾਇਨੇ ਨੇ? ਔਰ ਕੀ ਜਿਹੜੀ ਸਿਕਿਉਰਿਟੀ ਆ ਉਹਦਾ ਕੋਈ ਫਾਇਦਾ ਨਹੀਂ? ਵਪਾਰੀ ਵਰਗ ਦੇ ਉੱਤੇ ਇਹਦਾ ਕੀ ਅਸਰ ਪੈ ਰਿਹਾ, ਜਿਹੜਾ ਲੋਕਾਂ ਦੇ ਵਿੱਚ, ਆਮ ਲੋਕਾਂ 'ਚ ਵੀ ਪੈ ਨਜ਼ਰ ਆ ਰਿਹਾ ਵਾ, ਔਰ ਵਪਾਰੀਆਂ ਦੇ ਵਿੱਚ ਵੀ ਪੈ ਨਜ਼ਰ ਹੋ ਰਿਹਾ? ਇਹਦਾ ਜਿਹੜਾ ਆਪਣੇ ਸੂਬੇ ਦੇ ਵਿੱਚ ਨਿਵੇਸ਼ ਹੋਣਾ ਸੀ, ਇਨਵੈਸਟਮੈਂਟ ਹੋਣੀ ਸੀ, ਜਿਹਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਜਿਹਦੇ ਵਾਸਤੇ ਭਗਵੰਤ ਮਾਨ ਜਰਮਨੀ ਵੀ ਗਏ ਸੀ ਨਿਵੇਸ਼ ਲਿਆਉਣ ਵਾਸਤੇ, ਕਿੰਨੀ ਕੁ ਨਿਵੇਸ਼ ਆਈ ਆ? ਇਹਨਾਂ ਹਾਲਾਤਾਂ 'ਚ ਨਿਵੇਸ਼ ਆਊਗੀ ਵੀ ਜਾਂ ਨਹੀਂ? ਇਹ ਜਿਹੜੇ ਫਰੌਤੀਆਂ ਮੰਗੀਆਂ ਜਾ ਰਹੀਆਂ ਬਾਹਰਲੇ ਮੁਲਕਾਂ ਦੇ ਵਿੱਚ ਕੁਝ ਲੋਕ ਰਹਿ ਕੇ,
ਇਹ ਕੰਮ ਕਰ ਰਹੇ ਆ ਉਹਨਾਂ ਦਾ ਨੈਕਸਸ ਕਿਵੇਂ ਤੋੜਿਆ ਜਾਵੇ। ਬਹੁਤ ਸਾਰੇ ਸਵਾਲ ਨੇ। ਨਕੋਦਰ ਵਪਾਰੀ ਦੀ ਹੱਤਿਆ ਦੇ ਕੀ ਅਰਥ ਨੇ? ਇਹ ਅੱਜ ਦਾ ਮਸਲਾ ਵਾ ਜਿਹਦੇ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਪੁਲਿਸ ਨੇ ਕਲੇਮ ਕੀਤਾ ਵਾ ਕਿ ਜਿਹੜਾ ਦੋ ਬੰਦੇ ਅਰੈਸਟ, ਤਿੰਨ ਬੰਦੇ ਅਰੈਸਟ ਹੋਏ ਆ, ਜਿਹੜਾ ਵੈਪਨ ਵਰਤਿਆ ਗਿਆ ਸੀ 0.30 ਪਿਸਟਲ, ਔਰ ਜਿਹੜੀ ਗੱਡੀ ਨਾਲ ਰੈਕੀ ਕੀਤੀ ਗਈ ਸੀ ਉਹ ਗੱਡੀ ਉਹਨਾਂ ਨੇ ਬਰਾਮਦ ਕਰ ਲਈ ਆ। ਲੇਕਿਨ ਹਾਲੇ ਵੀ ਬਹੁਤ ਸਾਰੇ ਸਵਾਲ ਬਾਕੀ ਨੇ। ਵਿਲ ਟੇਕ ਦੀ ਫਸਟ ਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਸ਼ੇਰ ਸਿੰਘ ਜੀ, ਇਹ ਆਪਾਂ ਹਾਲੇ ਪੁਰਾਣੇ ਗੈਂਗਸਟਰ ਸੀ, ਕਾਬੂ ਨਹੀਂ ਆਏ, ਉਹਨਾਂ ਦੀ ਗੱਲ ਕਰ ਰਹੇ ਹਾਂ ਵੀ ਕੋਈ ਗੋਲਡੀ ਬਰਾੜ ਕਿੱਥੇ ਬੈਠਾ ਵਾ ਜਾਂ ਕੋਈ ਅਜ਼ਰਬੈਜਾਨ 'ਚ ਫੜਿਆ ਗਿਆ ਜਾਂ ਕੋਈ ਕੀਨੀਆ 'ਚ ਫੜਿਆ ਗਿਆ, ਔਰ ਇਹ ਨਵੇਂ ਗੈਂਗਸਟਰਸ ਪੈਦਾ ਹੋ ਰਹੇ ਆ ਜੋ ਪੁਲਿਸ ਨੇ ਕਿਹਾ ਵਾ, ਇਹਦੇ ਕੀ ਮਾਇਨੇ ਨੇ? ਹਾਂਜੀ ਸੰਧੂ ਸਾਹਿਬ, ਜਿਹੜੀ ਤੁਸੀਂ ਆਪਾਂ ਗੱਲ ਕੀਤੀ, ਚਲੋ ਕੈਨੇਡਾ 'ਚ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ, ਇੱਥੋਂ ਦੀਆਂ ਪਰਿਸਥਿਤੀਆਂ ਥੋੜ੍ਹੀਆਂ ਫਰਕ ਹੈ, ਪਰ ਇੰਡੀਆ ਦੇ ਜਿਹੜੇ ਆਪਣੇ ਪੰਜਾਬ ਦੇ, ਖਾਸ ਕਰਕੇ ਕਹੂੰਗਾ ਸੰਧੂ ਸਾਹਿਬ, ਇਹ ਜਿਹੜੇ ਨੌਜਵਾਨ ਹੈ, ਤੱਕ ਮੇਰਾ ਮੰਨਣਾ ਵੀ ਇਹ ਹਾਈ ਸਕੂਲ ਕਰ ਜਾਂਦੇ ਆ, ਜਦੋਂ ਕਾਲਜਾਂ ਜਾਂ ਯੂਨੀਵਰਸਿਟੀਆਂ ਜਾਂਦੇ ਆ, ਖਾਸ ਕਰਕੇ ਇਹਨਾਂ ਦੀ ਆਪ, ਕਿਉਂਕਿ ਜੇ ਇਹਨਾਂ ਦਾ ਨਿਸ਼ਾਨੇ ਤੋਂ ਖੁੰਝ ਜਾਂਦੇ ਆ, ਇਹਨਾਂ ਨੂੰ ਐਂ ਲੱਗਦਾ ਵੀ ਸਾਡਾ ਅਗਾਂਹ ਫਿਊਚਰ ਹੋਣਾ ਨਹੀਂ ਪੜ੍ਹਾਈ ਤੋਂ ਬਾਅਦ, ਉਹ ਫਿਰ ਇਹ ਜਿਹੜੀ ਆਪਣੀ ਆਪਾਂ ਕਰਦੇ ਨਾ ਮਸ਼ਕਤ ਕਰਦੇ ਹਾਂ, ਈਵਨ ਘੱਟ ਮਿਨੀਮਮ ਵੇਜ ਤੇ ਜਾਂ ਲੇਬਰ ਦੇ ਤੌਰ ਤੇ ਕੰਮ ਕਰਦੇ ਹਾਂ, ਚਾਹੇ ਜਿਹੜਾ ਥੋੜ੍ਹਾ ਜਿਹਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਖ਼ਤ ਮਿਹਨਤ ਕਰਨ ਵਾਲਾ, ਉਹ ਤੋਂ ਇਹਨਾਂ ਦੀ ਨੇਚਰ ਨੇਚਰ ਗੁਆ ਬੈਠੇ ਆ, ਉਹਨਾਂ ਤੋਂ ਭਾਵਨਾ ਇਹ ਹਟ ਗਈਆਂ, ਅੱਗੇ ਨੀ ਸੁਰੁਚੀਆਂ ਹੁੰਦੀਆਂ, ਫਿਰ ਇਹ ਵਗਦੇ ਆ ਛੇਤੀ, ਪਰ ਹੋਸ਼ ਤੋਂ ਕੰਮ ਨੀ ਲੈਂਦੇ, ਜੋਸ਼ ਤੋਂ ਲੈਂਦੇ ਆ, ਜਿਹਦੇ 'ਚ ਇਹ ਹੱਥ ਪਾਉਂਦੇ ਆ, ਜਾਂ ਫਰੋਤੀਆਂ ਵਾਲਾ ਲੈ ਲਓ, ਜਾਂ ਮਾੜੀਆਂ ਮੋਟੀਆਂ ਕਾਲਜ ਲੜਾਈਆਂ, ਇਹੋ ਜਿਹੇ ਚੱਕਰ ਇਹ ਨਵੇਂ ਪੈਦਾ ਹੁੰਦੇ ਆ। ਤਾਂ ਸੰਧੂ ਸਾਹਿਬ, ਵੱਡੀ ਗੱਲ ਤਾਂ ਇਹ ਆ, ਜਦੋਂ ਮੇਰਾ ਮੰਨਣਾ, ਜਦੋਂ ਇਹ ਜਿਹੀਆਂ ਕਾਰਵਾਈਆਂ ਕਰਦੇ ਆ, ਇਹ ਜਦੋਂ ਤੱਕ ਕਰਦੇ ਆ, ਜਦੋਂ ਤੱਕ ਕਿਸੇ ਵੱਡੇ ਜਿਹੜੀ ਸਿਆਸੀ ਸਰਪ੍ਰਸਤ ਤੇ ਘਟਨਾ ਵਾਪਰ ਜਾਂਦੀ ਹੈ ਜਾਂ ਉਹਦੇ ਪਰਿਵਾਰ ਤੇ, ਚਾਹੇ ਪੁਲਿਸ ਅਫੀਸਰ ਤੇ, ਉਦੋਂ ਤਾਂ ਇਹ ਜਿਹੜਾ ਸਾਡਾ ਅਥਾਰਟੀਜ਼ ਆ, ਪ੍ਰਸ਼ਾਸਨ ਖੇਤੀ ਹਰਕਤ ਆ ਜਾਂਦਾ, ਉਹਨਾਂ ਨੂੰ ਫੜ ਵੀ ਲੈਂਦਾ। ਆਪਾਂ ਦੇਖਿਆ ਪ੍ਰਾਈਮ ਮਿਨਿਸਟਰ ਦਾ ਕਤਲ ਹੋਇਆ, ਜਾਂ ਦਰਬਾਰਾ ਸਿੰਘ ਦਾ, ਜਾਂ ਹੋਰ ਵੀ ਕਈ ਪੋਲੀਟੀਕਲ ਲੀਡਰਾਂ ਦੇ, ਉਹਨਾਂ ਨੂੰ ਝੱਟ ਫੜ ਕੇ ਫਾਂਸੀਆਂ ਤੱਕ ਲੈ ਗਏ ਕਦੀ। ਪਰ ਜਿਹੜੇ ਆਮ ਪਬਲਿਕ 'ਚ ਹੁੰਦੇ ਆ, ਜਾਂ ਜਿਵੇਂ ਆ ਹੁਣ ਖਿਆ ਲਾ ਲਓ ਆਪਣੇ ਵਪਾਰੀ ਨੂੰ ਲੈ ਲਓ, ਜਾਂ ਆਮ ਕਿਤੇ ਇਕੱਠ ਦੇ ਕੇ ਦਹਿਸ਼ਤ ਫੈਲਾਉਣੀ, ਚਾਹੇ ਆਪਾਂ ਮੈਂ ਜ਼ਿਕਰ ਕੀਤਾ ਮੌੜ ਮੰਡੀ ਵਾਲਾ, ਉੱਥੇ ਇਹ ਕਾਰਵਾਈ ਛੇਤੀ ਨਹੀਂ ਹੁੰਦੀ ਸੰਧੂ ਸਾਹਿਬ, ਉੱਥੇ ਟਿਲ ਹੈ। ਉੱਥੇ ਫਿਰ ਆ ਜਿਹੜੇ ਨਵੇਂ ਗੈਂਗਸਟਰ ਆਉਂਦੇ, ਜਿਹਨਾਂ ਤੁਸੀਂ ਨਾਂ ਲੈਂਦੇ ਹੋ, ਵੀ ਇਹ ਫਿਰ ਪੈਦਾ ਹੁੰਦੇ ਆ, ਇਹਨਾਂ ਦੇ ਹੌਸਲੇ ਵੱਧਦੇ ਆ, ਇਹ ਜੇ ਇਹਨਾਂ ਨੂੰ ਪਤਾ ਹੈਗਾ ਅੰਤ ਤਾਂ ਮਾੜਾ ਹੋਣਾ, ਪਰ ਇਹ ਜੀ ਦੁਨੀਆ ਦੇਖ ਕੇ ਤੇ ਫਿਰ ਇਹ ਧੱਕੇ ਦੁਰੇ ਜਾਂਦੇ ਆ, ਕੋਈ ਫਸ ਜਾਂਦੇ, ਨਿਕਲਣਾ ਔਖਾ ਹੋ ਜਾਂਦਾ। ਸੰਧੂ ਸਾਹਿਬ, ਮੇਰਾ ਮੰਨਣਾ ਇਹ ਆ, ਜਿੰਨਾ ਚਿਰ ਪੰਜਾਬ ਦੀ ਨੌਜਵਾਨੀ, ਠੀਕ ਹੈ, ਹਰ ਇੱਕ ਨੂੰ ਜੋਬ ਨਹੀਂ ਮਿਲਦੀ, ਇਸ ਸਾਡਾ ਸਿਸਟਮ ਥੋੜ੍ਹੇ, ਪਰ ਇਹ ਹੱਥੀ ਕਿਰਤ ਕਰਨ ਕਰੀਓ, ਜਿਵੇਂ ਅਸੀਂ ਆਪਾਂ ਪਹਿਲਾਂ ਕਰਦੇ ਸੀ, ਆਪਦੇ ਪੇਰੈਂਟਸ ਦੇ ਹੱਥ ਵਟਾਉਂਦੇ ਸੀ, ਖੇਤੀ 'ਚ ਵੀ, ਹੋਰ ਕਈ ਕਾਰ ਧੰਦਿਆਂ 'ਚ, ਇਹਨਾਂ ਦੀਆਂ ਰੁਚੀਆਂ ਇਹਨਾਂ ਨੂੰ ਬਦਲਣੀਆਂ ਪੈਣਗੀਆਂ। ਦੂਜਾ, ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਸਹਾਇਤਾ ਕਰਨ ਵਾਸਤੇ ਸਹੀ ਰਵੱਈਆ ਬਣਾ ਕੇ, ਇਹਨਾਂ ਨੂੰ ਮੁੱਖ ਜਿਹੜੀ ਮੁੱਖ ਧਾਰਾ ਲਿਆ ਕੇ, ਜਿੱਥੇ ਉਹ ਚੰਗੀ ਜ਼ਿੰਦਗੀ ਜਿਉਂ ਸਕਣ, ਇਹੋ ਜਿਹਾ ਕਰਨਾ ਪਊ। ਥੈਂਕ ਯੂ। ਇਹਨਾਂ ਨੂੰ ਮੁੱਖ ਧਾਰਾ 'ਚ ਲਿਆ ਕੇ ਨੌਕਰੀਆਂ ਦੇਣ ਦੀ ਲੋੜ ਆ, ਸਰਕਾਰਾਂ ਨੂੰ ਵੀ ਬਹੁਤ ਕੁਛ ਕਰਨਾ ਪਊ, ਔਰ ਸਾਨੂੰ ਲੋਕਾਂ ਨੂੰ ਵੀ ਆਪਣਾ ਰਵੱਈਆ ਬਦਲਣਾ ਪਊ। ਇਹ ਸ਼ੇਰ ਸਿੰਘ ਗਿੱਲ ਦਾ ਵਿਚਾਰ ਆ। ਇੰਦਰਜੀਤ ਸਿੰਘ ਉਮਰਪੁਰੀ ਦਾ ਰੋਜ਼ ਵਾਂਗੂ ਸਭ ਤੋਂ ਪਹਿਲਾਂ ਬੜਾ ਡਿਟੇਲਡ ਔਰ ਅੱਛਾ ਕਮੈਂਟ ਆ। ਉਹਨਾਂ ਨੇ ਕਿਹਾ ਸਰਕਾਰ ਅਤੇ ਪੁਲਿਸ ਦੀ ਗੈਂਗਸਟਰਾਂ ਖਿਲਾਫ਼ ਢਿੱਲੀ ਕਾਰਵਾਈ ਕਰਕੇ ਸਭ ਕੁਝ ਹੋ ਰਿਹਾ। ਜੇਲ੍ਹਾਂ ਅਤੇ ਪੇਸ਼ੀਆਂ ਸਮੇਂ ਮੀਡੀਆ ਵੱਲੋਂ ਦਿਖਾਈਆਂ ਜਾਂਦਾ ਦੋਸ਼ੀਆਂ ਦਾ ਤਾਮ ਜਾਮ ਅਤੇ ਟੌਰ ਟੱਪਾ, ਬੇਰੋਜ਼ਗਾਰੀ ਕਾਰਨ ਹੱਥੀਂ ਕੰਮ ਕਰਨ ਦੀ ਆਦਤ ਛੱਡ, ਸੌਖੇ ਤਰੀਕੇ ਪੈਸਾ ਇਕੱਠਾ ਕਰ, ਮਹਿੰਗੇ ਨਸ਼ੇ ਦੀ ਪੂਰਤੀ ਅਤੇ ਸ਼ਾਹੀ ਜ਼ਿੰਦਗੀ ਜੀਣ ਦੀ ਲਾਲਸਾ, ਇਹ ਕਾਰਨ ਨੇ ਇਹ ਨਵੇਂ ਗੈਂਗਸਟਰਸ ਦਾ ਪੈਦਾ ਹੋਣਾ। ਹਰਦੀਪ ਸਿੰਘ ਸੋਢੀ ਨੇ ਗੱਲ ਕੱਲ੍ਹ ਵਾਲੇ ਮਸਲੇ 'ਤੇ ਥੋੜ੍ਹੀ ਜਿਹੀ ਕੀਤੀ ਆ ਕਿ ਚੰਡੀਗੜ੍ਹ ਤੋਂ ਵੱਡੀਆਂ ਫਲਾਈਟਸ ਟੇਕ ਆਫ ਨਹੀਂ ਕਰ ਸਕਦੀਆਂ, ਇਹ ਹੁਣ ਤੱਕ ਕੀ ਸੁੱਤੇ ਪਏ ਸੀ ਲੋਕ? ਨਹੀਂ ਸੋਢੀ ਸਾਹਿਬ, ਇਹ ਸ਼ੁਰੂ ਤੋਂ ਹੀ ਇਹ ਮਸਲਾ ਚੱਲਦਾ ਰਿਹਾ ਵਾ। ਚੰਡੀਗੜ੍ਹ ਐਕਚੁਲੀ ਏਅਰਫੋਰਸ ਸਟੇਸ਼ਨ ਆ, ਔਰ ਇੱਥੇ ਜਿਹੜੇ ਏਅਰਫੋਰਸ ਦੇ ਜਿਹੜੇ ਇੱਥੋਂ ਜਹਾਜ਼ ਉੱਡਦੇ ਉਹਨਾਂ ਵਾਸਤੇ ਇਹਦੀ ਰਨਵੇ ਠੀਕ ਸੀਗੀ, ਔਰ ਵੈਸੇ ਵੀ CAT-2-3 ਲੈਂਡਿੰਗ ਸਿਸਟਮ ਹੈ ਨਹੀਂ ਸੀਗਾ, ਲੇਕਿਨ ਉਹ ਫਿਰ ਵੀ ਇੱਥੋਂ ਉੱਡ ਜਾਂਦੇ ਸੀ ਔਰ ਕੋਈ ਦਿੱਕਤ ਨਹੀਂ ਸੀ ਆ ਰਹੀ। ਪਰ ਜਿਉਂ ਦਾ ਇੰਟਰਨੈਸ਼ਨਲ ਏਅਰਪੋਰਟ ਬਣਿਆ, ਇੱਥੇ CAT-2 and CAT-3 ਲੈਂਡਿੰਗ ਸਿਸਟਮ ਵੀ ਚਾਹੀਦਾ ਵਾ, ਸ਼ਾਇਦ ਹੁਣ ਆ ਗਿਆ ਵਾ, ਲੇਕਿਨ ਏਅਰ ਸਟ੍ਰਿਪ ਨੂੰ ਥੋੜ੍ਹਾ ਜਿਹਾ ਹੋਰ ਵਧਾਉਣ ਦੀ, ਸਿਰਫ 100 ਮੀਟਰ ਹੋਰ ਵਧਾਉਣ ਦੀ, ਜਾਂ 200 ਫੁੱਟ ਹੋਰ ਵਧਾਉਣ ਦੀ ਲੋੜ ਹੈ, 40-50 ਮੀਟਰ ਹੋਰ ਵਧਾਉਣ ਦੀ ਲੋੜ ਆ। ਕੋਸ਼ਿਸ਼ ਮੇਰੇ ਖਿਆਲ ਹੋ ਰਹੀ ਆ, ਪਰ ਇਹਨੂੰ ਜਲਦੀ ਕਰਨੀ ਚਾਹੀਦੀ, ਨਹੀਂ ਤਾਂ ਅਦਰਵਾਈਜ਼ ਸਾਰਾ ਪੈਸਾ ਵੇਸਟ ਹੋਊਗਾ। ਮਿਸਕੀ ਗੁਪਤਾ ਦਾ ਕਮੈਂਟ ਆਇਆ ਵਾ ਕਿ ਇੱਕ ਪੁਲਿਸ ਅਧਿਕਾਰੀ ਪ੍ਰੋਗਰਾਮ ਦੇਖ ਰਿਹਾ ਹੈ, ਉਸਨੂੰ ਵੀ ਜੇ ਕੋਈ ਪੁਲਿਸ ਅਧਿਕਾਰੀ ਪ੍ਰੋਗਰਾਮ ਦੇਖ ਰਿਹਾ ਵਾ ਤਾਂ ਉਹਨੂੰ ਇਹਦੀ ਆਪਣੀ ਰਾਏ ਦੇਣੀ ਚਾਹੀਦੀ ਆ ਵੀ ਇਹ ਕਿਉਂ ਨਵੇਂ ਗੈਂਗਸਟਰਸ ਪੈਦਾ ਹੋ ਰਹੇ ਆ। ਇਹ ਕੇਮ ਬ੍ਰੇਕਸ ਯਾਨੀ ਮਿਸਕੀ ਗੁਪਤਾ ਦਾ ਇਹ
ਵਿਚਾਰ ਹੈ। ਵੀਲ ਟੇਕ ਦੀ ਨੈਕਸਟ ਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸੋਢੀ ਸਾਹਿਬ। ਵੇਖੋ ਸੰਧੂ ਸਾਹਿਬ, ਗੱਲ ਹੈ, ਚਲੋ ਕੱਲ ਵਾਲੀ ਆਪਾਂ ਗੱਲ ਨਾ ਹੀ ਕਰੀਏ ਫਿਰ, ਕਿਉਂਕਿ ਅੱਜ ਵਾਲੀ ਦਾ ਪੂਰਾ ਰਸਕਸ ਨਹੀਂ ਰਹਿ ਜਾਂਦਾ ਜੀ। ਤੇ ਵੇਖੋ, ਇਹ ਜਿਹੜਾ ਮੁੰਡਾ ਮਰਿਆ ਨਾ ਨਕੋਦਰ ਵਾਲਾ, ਸਾਡਾ ਦੂਰੋਂ ਰਿਸ਼ਤੇਦਾਰ ਸੀ, ਬਹੁਤਾ ਨੇੜੇ ਦਾ ਨਹੀਂ, ਪਰ ਰਿਸ਼ਤੇਦਾਰੀ ਚੋਂ ਆ। ਓਕੇ 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 ਜੀ। ਵੇਖੋ, ਇਹਦੇ ਉੱਤੇ ਨਾ ਦੋ ਗੱਲਾਂ ਨੇ ਕਰਨ ਦੀਆਂ। ਪਹਿਲੀ ਗੱਲ ਤੇ ਇਹ ਵੀ ਇਹ ਬੰਦਾ ਪੈਸੇ ਨਾ ਦੇਣ ਕਾਰਨ ਨਹੀਂ ਮਰਿਆ, ਪੈਸੇ ਤੇ ਉਹ ਚੁੱਕੀ ਫਿਰਦੇ ਸੀ, ਦਿੰਦੇ ਕਿਹਨੂੰ? ਅੱਛਾ, ਓਕੇ। ਨੰਬਰ 2 ਤੇ ਉੱਥੋਂ ਦੇ ਉਹਨਾਂ ਦੇ MLA ਨੇ ਉਹਨਾਂ ਨੂੰ ਕਿਹਾ ਸੀ ਪੈਸੇ ਦੇ ਦਿਓ। MLA ਨੇ ਕਿਹਾ ਵੀ ਪੈਸੇ ਦੇ ਦਿਓ, ਜਾਨ ਛਡਾ ਲਓ, ਫੜ ਲਾਂਗੇ। ਉਹਨੇ ਇਹ ਨਹੀਂ ਕਿਹਾ ਵੀ ਤੁਸੀਂ ਪੈਸੇ ਦੇ ਆਓ, ਇਹਨੂੰ ਗਲਤ ਮਤਲਬ ਨਾ ਕੋਈ ਕੱਢ ਲਵੇ। ਉਹਨਾਂ ਬੰਦਾ ਬਚਾ ਲਓ, ਇਹੋ ਹੀ ਗੱਲ ਹੁੰਦੀ ਹੈ ਵੀ ਦੇ ਲਓ ਪੈਸੇ। ਓਕੇ, ਇੱਕ ਵਾਰੀ ਬੰਦਾ ਬਚਾ ਲਓ, ਬਾਅਦ ਫੜ ਲਾਂਗੇ ਇਹਨਾਂ ਨੂੰ, ਫੜ ਲਾਂਗੇ। ਉਹ ਪੈਸੇ ਦਊ ਸੀਗੇ। ਉਹ ਬੰਦਾ ਮਾਰਿਆ ਗਿਆ ਵਾ, ਜਿਹੜੀ ਗੱਲ ਹੁਣ ਮੈਂ ਅਸਲ ਕਰਨ ਲੱਗਾ ਉਹ ਇਹ ਆ, ਉਹ ਬੰਦਾ ਮਾਰਿਆ, ਉਹਨਾਂ ਨੇ ਆਪਣੀ ਉੱਥੇ ਪੈਂਟ ਜਮਾਉਣ ਵਾਸਤੇ ਇੱਕ ਅਮੀਰ ਬੰਦਾ ਫੜ ਕੇ ਮਾਰ ਦਿੱਤਾ। ਹੁਣ ਜਿਹਨੂੰ ਵੀ ਮਤਲਬ ਉਹ ਫੜਿਆ ਕਰਨਗੇ ਨਾ, ਤੇ ਉਹ ਪੁਲਿਸ ਕੋਲ, ਇਹ ਤਾਂ ਪਹਿਲਾਂ ਪੁਲਿਸ ਕੋਲ ਚਲੇ ਗਏ, MLA ਕੋਲ ਚਲੇ ਗਏ, ਜਿੱਥੇ ਜਿੱਥੇ ਵੀ ਇਹਨਾਂ ਨੇ ਗਲਤੀ ਕੀਤੀ ਹੈ ਚਲੇ ਗਏ। ਅਗਲਾ ਬੰਦਾ ਨਹੀਂ ਜਾਊਗਾ, ਅਗਲਾ ਨਹੀਂ ਜਾਊਗਾ, ਸਿੱਧਾ ਉਹ ਪੈਸੇ ਮੰਗਣਗੇ, ਉਹ ਗੁੱਥੀ ਬਣਗੇ ਤੇ ਉੱਥੇ ਸੁੱਟ ਆਇਆ ਕਰੂਗਾ। ਉਹਨਾਂ ਨੇ ਆਪਣੀ ਪੈਂਠ ਬਣਾਈ ਆ। ਇਹ ਜਿਹੜਾ ਤੁਹਾਨੂੰ ਲੱਗਦਾ ਕਿ ਜੋ ਪੁਲਿਸ ਕਹਿ ਰਹੀ ਹੈ ਕਿ ਸਹੀ ਹੈ, ਕੋਈ ਅਮਨਦੀਪ ਪੂਰੇਵਾਲ ਨਾਂ ਦਾ ਕੋਈ ਸ਼ਖਸ ਹੈ ਜਿਹੜਾ ਇਹਨਾਂ ਦਾ ਸਰਗਨਾ ਵਾ, ਜਿਹੜਾ ਅਮੈਰੀਕਾ 'ਚ ਰਹਿੰਦਾ ਵਾ, ਆਲਮੋਸਟ 10-15 ਸਾਲਾਂ ਤੋਂ ਉੱਥੇ ਰਹਿ ਰਿਹਾ ਵਾ, ਸ਼ਾਇਦ ਪਿੱਛੋਂ ਮਾਲੜੀ ਪਿੰਡ ਤੋਂ ਆ। ਮੈਂ ਕਹਿੰਦਾ ਵੀ ਅਮਰਦੀਪ ਸਿੰਘ ਨਹੀਂ, ਸ਼ਰਨਦੀਪ ਸਿੰਘ ਆ। ਉਹਨੇ ਇੱਥੇ ਬਹਿ ਕੇ ਘੜਤੀ ਘੜੀ ਹੈ ਨਾ, ਤੁਸੀਂ ਉਹ ਜਿਹੜੇ ਬੰਦਿਆਂ ਨੇ ਇੱਥੇ ਮਾਰਿਆ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਤਿੰਨ ਤਾਂ ਫੜ ਲਏ ਆ ਜੀ, ਲੇਕਿਨ ਜਿਹੜੇ 2 ਸ਼ੂਟਰ ਆ ਮੇਨ, ਔਰ 2 ਜਿਹਨਾਂ ਨੇ ਰੈਕੀ ਕੀਤੀ ਆ, ਉਹ ਹਾਲੇ ਫੜਨੇ ਬਾਕੀ ਆ। ਆ ਤਾਂ ਫਿਰ ਫੜਿਆ ਕੀ ਆ ਉੱਥੇ? ਉਹ ਜਿਹੜਾ ਸਿੱਧੂ ਮੂਸੇ ਵਾਲਾ ਮਾਰਿਆ, ਉੱਥੇ ਰੇਕੀ ਵਾਲਾ ਫੜ ਲਿਆ, ਇਸੇ ਸ਼ੂਟਰ ਫੜ ਲਏ, ਉਹ ਰੇਕੀ ਵਾਲਾ ਫੜਨਾ ਇੱਥੇ ਫਿਰ ਨਾ, ਗੱਲਾਂ ਤਾਂ ਕੌਡੀਆਂ ਘਟਿਆ ਫਿਰ ਲਾਉਣ ਡਈ ਸਰਕਾਰ। ਅੱਛਾ, ਹੁਣ ਮੇਰੀ ਗੱਲ ਸੁਣੋ ਅਗਲੀ। ਸਰਕਾਰ ਨਾਲੋਂ ਵੱਧ ਅਸੀਂ ਦੋਸ਼ੀ ਆ, ਮੇਰੇ ਵਰਗੇ ਭਰਾ ਇੱਥੇ ਜਿਹੜੇ ਤੁਹਾਡੇ TV ਤੇ ਆਉਂਦੇ ਆ, ਵੀ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ, ਉਹ ਸਮਝਦੇ ਵੀ ਖੌਰੇ ਭਗਵੰਤ ਮਾਨ ਦੇ ਦੁੱਖੀ ਆ। ਅਸੀਂ ਭਗਵੰਤ ਮਾਨ ਨਾਲ ਕੀ ਵੰਡਣਾ ਤੇ ਕਾਹਦਾ ਸਾਨੂੰ ਦੁੱਖ ਹੈ? ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਹਿੱਤ ਵਾਸਤੇ ਕੂਕਦੇ ਹਾਂ। ਆ ਜਦੋਂ ਅਸੀਂ ਕਹਿੰਦੇ ਹਾਂ ਵੀ ਸਰਕਾਰ ਗੈਂਗਸਟਰਾਂ ਦਾ ਕਿਉਂ ਨਹੀਂ ਕਾਬੂ ਕਰਦੀ, ਤੇ ਉਹ ਅੱਗੋਂ ਕਹਿੰਦੇ 76 ਤੁਸੀਂ ਕਿੱਥੇ ਸੀ, 76 ਕਿੱਥੇ ਸੀ? ਹੁਣ ਤਾਂ ਸਰਕਾਰ ਨੇ ਹੀ ਮੰਨ ਲਿਆ ਨਾ ਵੀ ਇਹ ਨਵਾਂ ਗੈਂਗ ਸੀ, ਨਵਾਂ ਗਿਆ। ਇਹਦਾ ਮਤਲਬ ਜੇ ਨਵਾਂ ਵਾ ਤੇ ਹੁਣੇ ਹੀ ਬਣਿਆ, ਤੁਹਾਡੇ ਰਾਜ 'ਚ ਹੀ ਬਣਿਆ ਵਾ, ਇਹਨਾਂ ਦੇ ਰਾਜ 'ਚ ਜੀ, ਇਹਨਾਂ ਦੇ ਰਾਜ 'ਚ ਹੀ ਆ। ਉਹ ਜਿਹੜਾ ਪੂਰੇਵਾਲ ਦੱਸਦੇ ਆ, ਉਹ ਸ਼ਖਸ ਮਾਰਚ ਦੇ ਵਿੱਚ ਸਰਕਾਰ ਬਣਨ ਦੇ ਵੇਲੇ ਇੱਥੇ ਆਇਆ ਵਾ, ਉਦੋਂ ਹੀ ਸਾਜਿਸ਼ ਕਰੀ ਗਈ ਹੈ। ਹੁਣ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਗਏ ਹੋ ਨਾ? ਉਹ 70 ਸਾਲ ਵਾਲੀ ਇਸ ਕੇਸ ਕੋਈ ਕਹਾਣੀ ਨਹੀਂ ਗੀ। ਨਹੀਂ, ਇਸ ਕੇਸ ਨੀ ਕਿਸੇ ਦੀ ਵੀ ਕਹਾਣੀ। ਮੈਂ ਕਹਿੰਦਾ 70 ਨੀ, 170 ਸਾਲ ਰਾਜ ਉਹ ਕਰਦੇ ਰਹੇ ਆ। ਤੁਹਾਡੇ ਰਾਜ 'ਚ ਹੁੰਦਾ ਪਿਆ, ਤੁਸੀਂ ਫੜੋ ਉਹਨਾਂ ਨੂੰ। ਵੇਖੋ ਨਾ, ਮੈਂ ਹੁਣ ਇਹ ਮਤਲਬ ਤੁਹਾਨੂੰ ਇੱਥੇ ਕੋਈ ਮਿਸ ਬਿਹੇਵ ਤੁਹਾਡੇ ਨਾਲ ਕਰਾਂ, ਕੋਈ ਗਲਤ ਲਫ਼ਜ਼ ਤੁਹਾਨੂੰ ਬੋਲਦੇ ਹਾਂ, ਤੇ ਤੁਸੀਂ ਮੈਨੂੰ ਕਹੋ ਵੀ ਹਰਦੀਪ ਸਿੰਘ ਤੇਰੀ ਕਿੱਦਾਂ ਜ਼ਰੂਰਤ ਪਈ ਮੇਰੀ ਸ਼ਾਨ ਦੇ ਖਿਲਾਫ਼ ਬਣ ਦੋ, ਤੇ ਮੈਂ ਕਹਾਂ ਜੀ ਪਿਛਲੇ ਸਾਲ ਇੱਥੇ ਉਹ ਫਲਾਣਾ ਸਿੰਘ ਕੰਮ ਕਰਦਾ ਸੀ, ਉਹਨੂੰ ਮੈਂ ਰੋਜ਼ ਗਾਲਾਂ ਕੱਢਦਾ ਹੁੰਦਾ ਸੀ। ਹਾਂ, ਤੁਹਾਨੂੰ ਹੁਣ ਵੇਲੇ ਦੀ ਹੁਣ ਵਾਲੀ ਜ਼ਿੰਮੇਵਾਰੀ ਲੈਣੀ ਪੈਣੀ ਨਾ। ਪਰ ਇਹਦਾ ਕੀ ਲੱਗਦਾ ਵਾ ਫਿਰ, ਨਵੇਂ ਗੈਂਗਸਟਰ ਜਿਹੜੇ ਪੈਦਾ ਹੋ ਰਹੇ ਸਰਕਾਰ ਵੱਲੋਂ ਢਿੱਲੇ ਆ, ਤੁਹਾਨੂੰ ਕੀ ਲੱਗਦਾ? ਹੈ ਹੀ ਢਿੱਲ ਹੈ ਜੀ। ਹੁਣ ਵੇਖੋ ਨਾ, ਸਰਕਾਰ ਮੋਬਾਈਲ ਫੋਨ ਕਿਉਂ ਨਹੀਂ ਫੜਦੀ ਜੇਲ੍ਹਾਂ ਚੋਂ? ਕੱਲ ਵੀ 7 ਫੜੇ ਫਰੀਦਕੋਟੋਂ, ਜਿਹੜਾ ਜੇਲ੍ਹ ਇੰਚਾਰਜ ਆ ਉਹਨੂੰ ਡਿਸਮਿਸ ਕਰਨ, ਸਸਪੈਂਡ ਨਹੀਂ ਡਿਸਮਿਸ ਕਰਨ। ਸਹੀ ਗੱਲ, ਜੇਲ੍ਹਾਂ ਦੇ ਵਿੱਚ ਕਿਵੇਂ ਮੋਬਾਈਲ ਪਹੁੰਚ ਜਾਂਦੇ ਆ? ਆਫਟਰਆਲ ਇੱਕੋ ਹੀ ਦਰਵਾਜ਼ਾ ਹੁੰਦਾ, ਮੁਲਾਕਾਤ ਹੁੰਦੀ ਆ, ਸਾਹਮਣੇ CCTV ਕੈਮਰੇ ਲੱਗੇ ਆ। ਬੜੀ ਸਿੰਪਲ ਜਿਹੀ ਗੱਲ ਹੈ ਵੀ ਕਿਵੇਂ ਕੈਮਰੇ ਕਿਵੇਂ ਪਹੁੰਚ ਜਾਂਦੇ ਉੱਥੇ ਮੋਬਾਈਲ। ਠੀਕ ਹੈ, ਮਿਹਰਬਾਨੀ ਸੋਰੀ ਸਾਹਿਬ, ਹੋਰ ਵੀ ਗੱਲ ਕਰਨੀ ਕੋਈ? ਕਰਨੀ ਦੱਸੋ।
एक मिनट बार गल कराउण दा 20-30 हजार रुपया लिया जांदा मोबाइल फोन उहदे मूंह अगे कीता जांदा नंबर डायल करता जांदा आला कारो कहिंदा 30,000 मिनट का लगूगा अगले ने 30 में एक मिनट जो हुक्म सुना के अगले किसी को 30 लाख की फिरौती मांग लेनी है उन्हें 30,000 देन का की है इन्हों का जे जेलों च मोबाइल से बीड़िया से चिट्टा बंद कर देना तो इन्हों की तो सरकार फेल हो जूगी अच कितों जाना रोज अहमदाबाद जहाज से ओके ओके बेड़ा गर्क कर दिता इन्हें पंजाब का मेहरबानी मेहरबानी ए सरकार पिछलियां नूं ब्लेम करदी आ पर जिहड़ा जो इन्हां ने बेड़ा गर्क कीता वह एक नवा ही कीर्तिमान स्थापित किया वा ये सोढ़ी साहब का विचार आ मीनवाइल रविंदरजीत पंधेर होरां दा कमेंट आया वा भी कॉलेजां यूनिवर्सिटियां च चोणां समय सियासी लीडरां ने चोणां च शमूलीयत की है उदों तों गैंगस्टर पैदा होए ने पंधेर साहब पंजाब दे विच ते हाली नहीं हो रहे यूनिवर्सिटियां कॉलेजां च इलैक्शनां चोणां चंडीगढ़ जरूर हो रही वा मीनवाइल मिस्की गुप्ता एक एम ब्रिक्स का कॉमेंट है कि रेजरवेशन भी जिम्मेवार आ रेजरवेशन सरकार की मजबूरी है इसलिए यह चलता रहना वा रेजरवेशन करके नौकरियां आम वर्ग जड़ा वा जनरल वर्ग उन्होंने नौकरियां दी प्रॉब्लम आ लैण की जसविंदर चाहल हुणा का कॉमेंट आया कि जदों तक बेरोज़गारी का पक्का हल नहीं हुंदा उदों तक ऐसा घटनावां हुंदियां रहणगियां नौजवानी जदों तक वेली है ये हुंदा रहेगा सो बेरोज़गारी जिम्मेवार आ नवे गैंगस्टर्स पैदा होने वास्ते और बेरोज़गारी वाल ध्यान देने की लोड़ है कमलजीत सिंह का कमेंट आया वा कि लोगों में कानून का डर खत्म हो गया दुबई वाला कानून चाहिए वा सख्ती चाहिए है जे कोई चोरी करता वो हाथ वढ़ दौ ये कमलजीत सिंह का कमेंट है और जे कोई कतल करता वा तो फौरन मौत की सज़ा फायरिंग स्क्वैड या किसी तरीके देनी चाहिए है ये उन्होंने विचार है विल टेक द नैक्सट कॉल देखते हैं साढ़े अगले कॉलर अज वाले मसले पर जी नकोदर च व्यापारी की हत्या हुई है इहदा की अर्थ है की मायने ने किवें नवे गैंगस्टर्स पैदा हो रहे हैं पुलिस वालों कहना वा कि यह सारा ही एक नवा गैंग से जिहड़ा अपना पैंठ जमाउणी चाहुंदा सी पंजाब दे विच विल टेक द नैक्सट कॉल हैलो हैलो सत श्री अकाल संधू साहब सत श्री अकाल जी दलजीत संधू बोल रहे हैं हाँ जी दलजीत जी मैं बड़ी हैरानी हुई भी आप हाली पुराने गैंग ही लभ रहे थे वही हाली फुरे फड़े नहीं गए तो कहते नवा गैंग कैदा पैदा हो गया जी इन्हें जी बिल्कुल ही पुराने क्लास के नवे पैदा हो रहे जी पुराने जिहड़े गैंगस्टर थे कुछ मारे गए कुछ एक्टिव ने कुछ जेलां च ने उन्हां दी पुश्तपना ही कितने ना कितने जाके सियासी लीडर जुड़दी ओके ते उहदे विचों गल्लां जिहड़ियां बाहर आउंदियां सी चाहे अंदर चलदियां सी ओह इह चलदियां सी कि कुछ ना कुछ हिस्सा उहदी काली कमाई दे विचों मौके दियां सरकारां MLA मिनिस्टरां नूं जांदा ओह पुलिस नूं वी पता लगदा पर पुलिस मुड़ के उत्थे जाके रुक जांदी अगले बन्ने घाटी औखी हो जांदी ओह चढ़ी नहीं जांदी जिहड़ी कैबिनेट वाली आ जां MLA वाली जां सरकार वाली उहनूं हत्थ पाउण दा जे कोई ਉਸ ਕੋਲ ਕੁੱਟੀ ਦਾ ਮਨ ਵੀ ਜਾਂਦਾ ਨਾ ਵੀ ਇੰਨੇ ਇੰਨੇ ਸੇ ਪੈਸੇ ਫਲਾਣੇ 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 MLA ਮਿਨਿਸਟਰ ਨੂੰ ਦਿੰਦੇ ਰਹੇ ਆ ਹਿੱਸੇ ਦਿੰਦੇ ਰਹੇ ਆ ਫਲਾਣੇ ਅਫਸਰ ਨੂੰ SSP ਨੂੰ ਦਿੰਦੇ ਰਹੇ ਆ ਫਲਾਣੇ ਨੂੰ ਦਿੰਦੇ ਰਹੇ ਆ ਤੇ ਉੱਥੇ ਜਾ ਕੇ ਗੱਲ ਮੁੜ ਜਾਂਦੀ ਉਹ ਦੋ ਚਾਰ ਬੰਦੇ ਫੜ ਕੇ ਜੇਲ੍ਹ ਚ ਪੈ ਜਾਂਦੇ ਹੁਣ ਨਵੇਂ ਵੀ ਇਹੋ ਆ ਜੀ ਪੁਰਾਣਿਆਂ ਦੇ ਵਿੱਚੋਂ ਨਵਿਆਂ ਦੇ ਵਿੱਚੋਂ ਵੀ ਹੋਣ ਵਾਲੇ MLA ਸਰਕਾਰਾਂ ਦੇ ਨਾਲ ਰਿਲੇਸ਼ਨ ਅਸੀਂ ਦੱਸ ਸਕਦੇ ਹਾਂ ਵੀ ਫਲਾਣਾ ਫਲਾਣਾ ਗੈਂਗਸਟਰ ਜਾਂ ਫਲਾਣਾ ਫਲਾਣਾ ਜਿਹੜਾ ਬਦਮਾਸ਼ ਆ ਜੀ ਉਹ ਫਲਾਣੇ MLA ਦੀ ਗੱਡੀ ਦੇ ਵਿੱਚ ਬੈਠਾ ਹੋਗਾ जिथे गए कुछ जेलां सी कुछ नॉन एक्टिव सी आपे फिर थल पै जांदी नवे ताजी पैदा कीते गए ना रिलेशन बनती पुराने का ना सुतर आउंदे नवे पैदा कर लो फरौतियां वह लैन हिस्से सानू तुरे आउण इहो गल ही आ ਹੁਣ ਤੁਸੀਂ ਇੰਟਰਵਿਊ ਵੀ ਸੁਣਦੇ ਜੇ ਬੜੇ ਬੜੇ ਗੈਂਗਸਟਰਾਂ ਦੀਆਂ ਕਈਆਂ ਦੇ ਨਾਲ ਪੱਤਰਕਾਰਾਂ ਨਾਲ ਸੀਨੀਅਰ ਅਫਸਰਾਂ ਦੇ ਨਾਮ ਵੀ ਲੈਂਦੇ ਆ ਮਿਨਿਸਟਰਾਂ ਦੇ ਸਾਬਕਾ ਮਿਨਿਸਟਰਾਂ ਦੇ ਨਾਮ ਵੀ ਲੈਂਦੇ ਕੋਈ ਕਾਰਵਾਈ ਹੁੰਦੀ ਵੈਸੇ ਸਾਡਾ ਕਲਚਰ ਨਹੀਂ ਸੀ ਕਿਸੇ ਦਾ ਹੱਕ ਮਾਰ ਕੇ ਖਾਣਾ ਸਾਡਾ ਕਲਚਰ ਸੀ ਆਪਣੀ ਕਿਰਤ ਕਰਨੀ ਵੰਡ ਛਕਣਾ ਆਪਣੇ ਭਾਣੇ ਦੇ ਵਿੱਚ ਰਹਿਣਾ ਆਪਣੀ ਮਿੱਟੀ ਨਾਲ ਜੁੜ ਕੇ ਰਹਿਣਾ ਮਤਲਬ ਆਪਦਾ ਹੱਕ ਖਾਣਾ ਭਾਵੇਂ ਥੋੜਾ ਪਰ ਤੁਹਾਨੂੰ ਲੱਗਦਾ ਵੀ ਇਹ ਗੈਂਗਸਟਰਸ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੇ ਆ ਜਿਹਨਾਂ ਦੇ ਉਹਨਾਂ ਦੇ ਮੁਤਾਬਕ ਗੈਂਗਸਟਰਸ ਨੂੰ ਲੱਗਦਾ ਵਾ ਵੀ ਇਹਨਾਂ ਲੋਕਾਂ ਨੇ ਵੀ ਗਲਤ ਤਰੀਕੇ ਨਾਲ ਧਨ ਕਮਾਇਆ ਤੇ ਸ਼ਾਇਦ ਸਾਡਾ ਇਹਨਾਂ ਚੋਂ ਇਹ ਚੋਂ ਹਿੱਸਾ ਲੈਣਾ ਵਾਜਬ ਆ ਬਿਲਕੁਲ ਜੀ ਉਹਨਾਂ ਕੋਲ ਜਿਹਨਾਂ ਕੋਲ ਚਾਰ ਆਨੇ ਜਾਪਦੇ ਉਹਨੂੰ ਧਮਕੀ ਦੇਣਗੇ ਉਹਨੂੰ ਅਗਵਾਹ ਕਰਨਗੇ ਦੂਜੇ ਕੋਲ ਅੱਗੇ ਜਿਹਦੇ ਕੋਲ ਕਰਜਾਈ ਹੋਇਆ ਉਹਨੇ ਹਲੇ ਮਾਰਦੇ ਗੋਲੀ ਮੈਂ ਤਾਂ ਅੱਗੇ ਮਰਨ ਨੂੰ ਤਿਆਰ ਹਾਂ ਹਲੇ ਮੈਨੂੰ ਮਾਰਦੇ ਹੋਰ ਕੀ ਆ
ਨਹੀਂ ਪਰ ਉਹਨਾਂ ਨੂੰ ਲੱਗਦਾ ਵਾ ਕਿ ਇਹ ਲੋਕਾਂ ਨੇ ਵੀ ਸ਼ਾਇਦ ਕਾਲਾ ਜਿਹੜਾ ਧਨ ਆ ਇਹ ਕਾਲੇ ਧੰਦੇ ਨਾਲ ਹੀ ਕਮਾਇਆ ਵਾ। ਬਿਲਕੁਲ ਜੀ ਬਿਲਕੁਲ, ਉਹਨਾਂ ਨੂੰ ਇਹ ਉਹਨਾਂ ਨੂੰ ਇਸ ਗੱਲ ਦੀ ਪਹਿਲਾਂ ਰੈਕੀ ਕੀਤੀ ਜਾਂਦੀ ਹੈ ਵੀ ਇਹਦੇ ਕੋਲ 2 ਨੰਬਰ ਦਾ ਪੈਸਾ ਹੈ ਜਾਂ ਇਹਨੇ ਨਜਾਇਜ਼ ਤਰੀਕੇ ਨਾਲ ਕਮਾਇਆ, ਇਹਨੂੰ ਦਾਬਾ ਮਾਰੋ ਤੇ ਇਹ ਛੇਤੀ ਦਊਗਾ, ਦੂਜੇ ਨੇ ਦੇਣਾ ਨੀ, ਦੂਜੇ ਕੋਲ ਜ਼ਿਆਦਾ ਹੈਗਾ ਨੀ ਜਾਂ ਉਹਨੇ ਦੇਣਾ ਨੀ। ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਮੌਕੇ ਦੀਆਂ ਜਾਂ ਪੁਰਾਣੀਆਂ ਸਰਕਾਰਾਂ ਦੀ ਸ਼ਮੂਲੀਅਤ ਵਿੱਚ ਹੈਗੀ ਆ, ਇਹ ਮੰਨਣ ਚਾਹੇ ਨਾ ਮੰਨਣ, ਚਾਹੇ ਪੁਲਿਸ ਸਰਕਾਰ ਉਹਨੂੰ ਨਹੀਂ ਮੰਨਦਾ ਨਾ ਮੰਨੇ, ਲੋਕਾਂ ਨੂੰ ਪਤਾ। ਮਿਹਰਬਾਨੀ, ਥੈਂਕ ਯੂ, ਥੈਂਕ ਯੂ ਭਾਈ ਸਾਹਿਬ। ਮੀਨਵੈਲ ਕ੍ਰਿਸ਼ਨ ਗੁਪਤਾ ਦਾ ਕਮੈਂਟ ਆ, ਬਹੁਤ ਸਖਤੀ ਕਰਨ ਦੀ ਲੋੜ ਆ, ਰੂਲ ਆਫ ਲਾਅ, ਅਮਨ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੀ ਲੋੜ ਆ, ਜਿਹੜੇ ਡਿਫਾਲਟਰ ਨੇ ਜਿਹੜੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਬਿਲਕੁਲ ਸਲਾਖਾਂ ਦੇ ਪਿੱਛੇ ਜਲਦੀ ਤੋਂ ਜਲਦੀ ਤਾੜਨਾ ਚਾਹੀਦਾ ਵਾ, ਔਰ ਕੋਈ ਸਿਆਸੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ। ਇਹ ਕ੍ਰਿਸ਼ਨ ਗੁਪਤਾ ਦਾ ਵਿਚਾਰ ਹੈ। ਹਰਿੰਦਰਜੀਤ ਸਿੰਘ ਥਾਂਡੀ ਹੁਣਾਂ ਦਾ ਵੀ ਕਮੈਂਟ ਹੁਣੇ ਆਇਆ ਵਾ, ਉਹ ਕਹਿ ਰਹੇ ਨੇ ਕਿ ਜਦੋਂ ਉਹ ਬੰਦਾ ਪੁਲਿਸ ਕੋਲ ਗਿਆ ਅਤੇ ਦੱਸਿਆ ਕਿ ਇਸ ਨੰਬਰ 'ਤੇ ਧਮਕੀ ਆ ਰਹੀ ਆ, ਤਾਂ ਪੁਲਿਸ ਨੇ ਉਹਨੂੰ ਕਿਉਂ ਨਹੀਂ ਦਬੋਚਿਆ? ਹਰਿੰਦਰਜੀਤ ਸਿੰਘ ਥਾਂਡੀ ਜੀ, ਕਈ ਵਾਰ ਇੰਝ ਹੁੰਦਾ ਵਾ ਵੀ ਜਿਹੜਾ ਕਾਲ ਆਉਂਦੀ ਆ ਉਹ ਅਨਨੋਨ ਨੰਬਰ ਹੁੰਦਾ ਵਾ ਜਾਂ ਬਾਹਰੋਂ ਬਾਹਰਲੇ ਮੁਲਕਾਂ 'ਚੋਂ ਆਉਂਦੀ ਆ, ਔਰ ਬਾਹਰਲੇ ਮੁਲਕਾਂ 'ਚ ਅਗਲਾ ਨੰਬਰ ਫੋਨ ਕਰਕੇ ਉਹ ਤੋਂ ਬਾਅਦ ਨੰਬਰ ਬਦਲ ਲੈਂਦਾ, ਜਾਂ ਮੇਰਾ ਖਿਆਲ ਪੁਲਿਸ ਕੋਲ ਨੰਬਰ ਤਾਂ ਜ਼ਰੂਰ ਹੋਊਗਾ, ਪਰ ਮੈਨੂੰ ਲੱਗਦਾ ਵਾ ਕਿ ਉਹ ਨੰਬਰ ਜਿਹੜਾ ਸੀ ਨੋਨ ਫੰਕਸ਼ਨਲ ਸੀ, ਤਦ ਹੀ ਪੁਲਿਸ ਉਹਨੂੰ ਫੜ ਨਹੀਂ ਸਕੀ। ਲੇਕਿਨ ਫਿਰ ਵੀ CCTV ਕੈਮਰੇ ਦੀ ਮਦਦ ਨਾਲ, ਕਾਲ ਇੰਟਰਸੈਪਸ਼ਨ ਦੀ ਮਦਦ ਨਾਲ ਉਹਨਾਂ ਨੇ 3 ਬੰਦੇ ਫੜੇ ਆ, ਅਸੀਂ ਆਸ ਕਰਦੇ ਹਾਂ ਕਿ ਬਾਕੀ ਵੀ ਫੜੇ ਜਾਣਗੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਅੱਜ ਵਾਲੇ ਮਸਲੇ 'ਤੇ ਕਿ ਇਹ ਵਪਾਰੀ ਦੀ ਹੱਤਿਆ ਦਾ ਕੀ ਅਰਥ ਆ, ਨਵੇਂ ਗੈਂਗਸਟਰਸ ਕਿਉਂ ਪੈਦਾ ਹੋ ਰਹੇ ਆ, ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ ਹੈਲੋ ਹੈਲੋ, ਹਾਂਜੀ ਭਾਈ ਸਾਹਿਬ, ਔਨ ਏਅਰ ਜੇ ਤੁਸੀਂ। ਹਾਂਜੀ, ਮੈਂ ਅਮਰੀਕਾ ਤੋਂ ਬੋਲਦਾ ਜੀ। ਅਮਰੀਕਾ ਤੋਂ ਕੌਣ ਬੋਲ ਰਹੇ? ਮੇਰਾ ਨਾਮ ਬਲਬੀਰ ਸਿੰਘ ਹੈ ਜੀ। ਹਾਂਜੀ ਬਲਬੀਰ ਸਿੰਘ ਜੀ। ਹਾਂਜੀ, ਆਪਣੇ ਦੇਖੋ ਜਿਹੜੇ ਨਾ ਹੁਣ ਇਹ ਕੰਮ ਤਾਂ ਪੰਜਾਬ ਵਿੱਚ ਹੈ ਕਿ ਉਹਨੇ ਕੰਮ ਬਹੁਤ ਆ, ਭਈਏ ਕੰਮ ਕਰਦੇ ਬਹੁਤ ਕੰਮ ਹੈ ਇੱਥੇ ਕਰਨੇ ਨੂੰ, ਪਰ ਜਿਹੜੇ ਬੱਚੇ ਸਾਡੇ ਕੰਮ ਨੀ ਕਰਕੇ ਕੁਛ, ਗੱਲ ਕੁਛ ਵੀ ਹੈ ਨੀ, ਮੈਨੂੰ 10 ਦਿਨ ਹੋ ਗਏ ਇੰਡੀਆ ਤੋਂ ਆਏ ਨੂੰ, ਕੰਮ ਨੀ ਕਰਕੇ ਕੁਛ, ਕੰਮ ਕਰਨਾ ਨੀ ਚਾਹੁੰਦੇ। ਕੰਮ ਤਾਂ ਬਹੁਤ ਆ, ਕੰਮ ਜਿੰਨਾ ਮਰਜ਼ੀ ਕਰੋ, ਪਰ ਕਿਵੇਂ ਕੰਮ ਲਾਈਏ ਫਿਰ ਇਹ ਬੱਚਿਆਂ ਨੂੰ? ਬਲਬੀਰ ਸਿੰਘ ਜੀ, ਕੰਮ ਇਹ ਤਾਂ ਹੁਣ ਇਹ ਜਿੱਦਾਂ ਹਵਾ ਚੱਲ ਗਈ ਆ, ਮਤਲਬ ਗੈਂਗਸਟਰ ਬਣ ਜਾਓ, ਮੁਫ਼ਤ ਦੇ ਪੈਸੇ ਕਮਾ ਲਓ, ਉਹ ਇਸ ਪਾਸੇ। ਪਰ ਇਹ ਜ਼ਿੰਦਗੀ ਤੇ ਬਹੁਤੀ ਦੇਰ ਰਹਿੰਦੀ ਨਹੀਂ, ਫਿਰ ਗੈਂਗਸਟਰਸ ਨੇ ਸਾਲ ਨਹੀਂ ਤੇ 2 ਸਾਲ ਨਹੀਂ ਤੇ 5 ਸਾਲ ਬਾਅਦ ਕਾਬੂ ਆ ਹੀ ਜਾਣਾ ਵਾ, ਤੁਹਾਨੂੰ ਵੇਖਿਆ ਹੀ ਆ ਤੁਸੀਂ। ਹਾਂਜੀ, ਕਾਬੂ ਤਾਂ ਆ ਜਾਣਾ ਨੀ, ਪਰ ਉਹ ਜਿਹੜੀ ਹਵਾ ਚੱਲ ਪਈ ਨਾ, ਹਵਾ ਦੇ ਵਿੱਚ ਉਹ ਕਹਿੰਦੇ ਵੀ ਵਧੀਆ ਕੱਪੜੇ ਪਾਈਏ, ਵਧੀਆ ਰਹੀਏ, ਗੱਡੀਆਂ ਲਈਏ ਮਹਿੰਗੀਆਂ, ਤਾਂ ਪੈਸੇ ਮੁਫ਼ਤ ਤੇ ਕਮਾ ਲਈਏ, ਗੱਲ ਕੁਛ ਵੀ ਹੈ ਨੀ। ਉਹ ਬੱਚੇ ਜਿਹੜੇ ਆ ਕੰਮ, ਹੁਣ ਦੇਖੋ ਭਈਏ ਕਿੰਨੇ ਕਾਰ ਰਹੇ ਆ ਪੰਜਾਬ ਦੇ ਵਿੱਚ, ਕਿੰਨੇ ਕੰਮ ਕਰਕੇ ਬਿਜ਼ਨਸ ਵੀ ਕਰ ਲਏ, ਘਰ ਵੀ ਬਣਾ ਰਹੇ ਆ, ਸਭ ਕੁਛ ਕਰ ਰਹੇ ਆ, ਸਭ ਕੁਛ ਹੈਗਾ, ਇਹ ਕੰਮ ਨੀ ਬੱਚੇ ਆਪਣੇ ਕਰਦੇ। ਮੈਂ ਤਾਂ ਬਹੁਤ ਬੱਚਿਆਂ ਨੂੰ ਕਹਿ ਕੇ ਆਇਆ, ਕੰਮ ਨੀ ਕਰਦੇ। ਥੈਂਕ ਯੂ ਬਲਬੀਰ ਸਿੰਘ ਜੀ। ਸਾਡੇ ਬੱਚੇ ਕੰਮ ਹੀ ਨਹੀਂ ਕਰਨਾ ਚਾਹੁੰਦੇ, ਬਾਹਰੋਂ ਆ ਕੇ ਜੇ ਇੱਥੇ ਕੰਮ ਕਰ ਸਕਦੇ ਆ, ਇੱਥੇ ਉਹ ਲੇਬਰ ਵੀ ਕਰਦੇ ਆ, ਇੱਥੇ ਉਹ ਮਿਸਤਰੀ ਵੀ ਬਣੇ ਆ, ਠੇਕੇਦਾਰ ਵੀ ਬਣੇ ਆ, ਦੁਕਾਨਾਂ ਵੀ ਖੋਲ੍ਹਦੇ ਆ, ਜੇ ਉਹਨਾਂ ਨੂੰ ਕੰਮ ਮਿਲਦਾ ਤਾਂ ਸਾਨੂੰ ਕਿਉਂ ਨਹੀਂ, ਸਾਨੂੰ ਵੀ ਕੰਮ ਮਿਲੂਗਾ। ਬਲਵੰਤ ਸਿੰਘ ਬੰਦ ਦਾ ਕਮੈਂਟ ਆ ਕਿ ਵੇਖੀ ਵੇਖੀ ਹੀ ਕਿਸ਼ੋਰ ਅਵਸਥਾ ਦੇ ਨੌਜਵਾਨ ਗੁੰਮਰਾਹ ਹੋ ਰਹੇ ਨੇ, ਇਹਨਾਂ ਨੂੰ ਕੋਈ ਵੱਡਾ ਛੋਟਾ ਵਪਾਰੀ ਨਾਲ ਮਤਲਬ ਨਹੀਂ। ਬਲਵੰਤ ਸਿੰਘ ਬੰਦ ਦਾ ਇਹ ਕਮੈਂਟ ਆ। ਸਤਨਾਮ ਸਿੰਘ ਧਾਮੀ ਨੇ ਕਿਹਾ ਵਾ ਕਿ ਰਾਜਨੀਤਿਕ ਪਾਰਟੀਆਂ ਨੂੰ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਲੋੜ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਵਿਰੋਧੀ ਦਲ ਜਾਣੇ ਜਾਂ ਅਣਜਾਣੇ 'ਚ ਸਰਕਾਰ ਨੂੰ ਜ਼ਿੰਮੇਵਾਰ ਗਰਦਾਦਨ ਉੱਪਰ, ਜ਼ਿੰਮੇਵਾਰ ਠਹਿਰਾਉਣ ਉੱਪਰ ਜ਼ਿਆਦਾ ਜ਼ੋਰ ਦਿੰਦੇ ਨੇ ਬਜਾਏ ਕਿ ਸਰਕਾਰ ਦਾ ਸਾਥ ਦੇਣ। ਇਹ ਸਤਨਾਮ ਸਿੰਘ ਧਾਬੀ ਦਾ ਕਮੈਂਟ ਆ। ਇੱਕ ਹੋਰ ਵੀ ਕਮੈਂਟ ਦਲਜੀਤ ਸੰਧੂ ਦਾ ਵੀ ਆਇਆ ਵਾ ਕਿ ਗੈਂਗਸਟਰਾਂ ਦੇ ਰਾਹੀਂ ਏਜੰਸੀਆਂ ਪੰਜਾਬ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ। ਗੁਲਿੰਦਰ ਗਿੱਲ ਹੁਣਾਂ ਦਾ ਵੀ ਕਮੈਂਟ ਆਇਆ ਵਾ, ਉਹ ਕਹਿ ਰਹੇ ਨੇ ਕਿ ਜਦੋਂ ਹੈਵ ਅਤੇ ਹੈਵ ਨੋਟ 'ਚ ਇੰਨਾ ਫਰਕ ਹੋਵੇ, ਜਿਨ੍ਹਾਂ ਕੋਲ ਪੈਸਾ ਹੈ ਔਰ ਜਿਨ੍ਹਾਂ ਕੋਲ ਬਿਲਕੁਲ ਕੁਛ ਨਹੀਂ ਗਾ, ਜਿੰਨਾ ਚਿਰ ਤੱਕ ਹੈਵ ਅਤੇ ਹੈਵ ਨੋਟ 'ਚ ਇੰਨਾ ਫਰਕ ਪੈਦਾ ਪੈ ਜੇ ਤਾਂ ਲੋਕ ਖਾਣਗੇ। ਸਰਗਨਾ ਕੋਈ ਵੀ ਹੋਵੇ, ਪਰ ਸ਼ੂਟਰ ਤਾਂ ਉਹੀ ਬੱਚੇ ਨੇ ਜਿਨ੍ਹਾਂ ਦੇ ਘਰ ਤੋਂ ਕਰਦੇ ਡੰਗ ਦੀ ਰੋਟੀ ਨਹੀਂ ਚੱਲਦੀ। ਵੱਡੇ ਤਾਂ ਸਕੀਮ ਹੀ ਲਾਉਂਦੇ ਨੇ, ਪਰ ਅਸਲੀ ਕ੍ਰਾਈਮ ਇਹ ਸਿਸਟਮ ਦੇ ਲਾਚਾਰ ਹੋਏ ਬੰਦੇ ਜਿਹੜੇ ਨੇ ਬੱਚੇ ਉਹ ਕਰਦੇ ਆ। ਜੇ ਅਸਲੀ ਸ਼ੂਟਰ ਨੂੰ ਬਹੁਤ ਗਰੀਬ ਘਰਾਂ ਦੇ ਅਸਲੀ ਸ਼ੂਟਰ ਬਹੁਤ ਗਰੀਬ ਘਰਾਂ ਦੇ ਬੱਚੇ ਨੇ, ਜੋ ਕੁਝ ਹੁਣ ਤੱਕ ਗੌਰਮੈਂਟ ਨੇ ਕੀਤਾ ਉਸ ਦਾ ਨਤੀਜਾ
यही होना सी। गुरिंदर गिल कह रहे हैं कि सरगना कोई भी हो आफ्टरऑल कम तो उन्होंने थ्रू शूटर्स के थ्रू ही कराया जाता वा, वो कौन ने और वो ज़्यादा गरीब घर के बच्चे ने उन्होंने लुक आफ्टर करने की लड़ है ता कि जे कोई सरगना जोड़ा वा कम करा भी चाहे तो वह उन्होंने बंदे न लभन वो कम करा वास्ते ये उन्होंने कहने का भाव आ। होर भी कॉमेंट्स आ रहे ने शेयर करा पर कुछ कॉलरस इस वे साढ़े जुड़े हुए हैं। अगली कॉल लैन तो पहले मैं आ भी वै ठंडू राम सरपंच का भी कॉमेंट शेयर कर देव। कह रहे हैं जिहड़ा गैंगस्टर मानसा भजा दिता सी उस पुलिस की किया कोई खास कार्रवाई की है हुई है जी कार्रवाई वो फड़िया भी गया दोबारा और वो जिहड़ा इंस्पैक्टर सी जिन्हें भजाया सी वो भी हिरासत दे विच मेरे ख्याल हाल भी शायद हिरासत दे विच ही है वो खिलाफ कार्रवाई हो रही। विल टेक द नैक्सट कॉल। हैलो सत श्रीकाल जी संधु साहब। सत श्रीकाल भाई साहब निर्मल सिंह बोल रहे हैं जी। हाँ जी निर्मल सिंह जी। सर जी ये जो नवे गैंगस्टर पैदा हो रहे हैं ये साडा सारा ही समाजिक ताणा वाणा जिम्मेवार हो गया। ओके असि बच्चों नूं ठीक गाइडेंस नहीं दे सकते जदों असि छोटे सी सानू स्कूलों जाके फादर साहब दे नाल खेतां च काम करवाना पैंदा सी जदों छुट्टी हुंदी सी तां वी खेतां च घर दे कम्मां कारां च बिजी रहिंदे सी किसे होर पासे सोचण दा बच्चों नूं टाइम ही नहीं सी मिलदा। हुण बच्चे स्कूल भेजे जांदे आ तां उहनां स्कूल तों इलावा होर कोई काम नहीं जदों स्कूल जांदे आ कॉलेज जां स्कूल छड्ड के कॉलेज जांदे आ तां कॉलेजां दे विच जिहड़े कॉलेज ते यूनिवर्सिटीआं दे इलैक्शनज ने उत्थे गैंगस्टर पैदा हुंदे ने गैंग बणदे ने गैंग उत्थे लड़ाइयां हुंदियां ने। अच्छा उत्थे जिहड़ियां हैगियां ने साडियां पोलिटिकल पार्टियां उन्हां दी भी बहुत उत्थे पुश्त पनाही हुंदी आ उन्हां गैंग्स नूं भी हाँ इत्थे इहनां नूं असीं बणाईए उत्थों ही निकल के बच्चे उन्हां दे मगर लग जांदे ने ते इहो जिहे बच्चियां नूं ग्रैब करन लई साडे जिहड़े सोशल एलीमेंट्स जिहड़े बैड एलीमेंट्स ने उह ते जिहड़ियां हैगियां ने पोलिटिकल पार्टियां उह उत्थे ही इहनां नूं ग्रैब करदियां ने ते अजिहे कम्मां वल धक्कदियां ने ते इन्हां बच्चों नूं जे असीं शुरू तो ही गाइडेंस मिले स्कूलों के विचों स्कूल लैवल तो ही पेरेंट्स वालों प्लस स्कूल टीचर वालों उन्होंने कैरीयर गाइडेंस बारे हुण जिहड़े इत्थे फॉरन दे विच मैं देखिया इत्थे मसा 1-2% ने सरकारी नौकरियां तां जदकि इत्थे असीं हमेशा हर कोई बंदा सरकारी नौकरी पिछे भजदा उन्हां नूं क्यों ना कोई अपना काम किया चुनिया जाए और उन्होंने इहो जिही उत्थे ट्रेनिंग दिती जाए जिहड़ी स्कूल लैवल तो बाद उन्हां नूं ਉੱਥੇ ਆਪਣੇ ਕੋਈ ਕਿੱਤਾ ਕਰ ਸਕਣ ਕੁਛ ਕਮਾ ਸਕਣ ਜੀ ਜੀ ਇਹੋ ਜੀ ਗਾਈਡੈਂਸ ਹੋਵੇ ਤਾਂ ਆਪਣੇ ਕੰਮ ਵੱਲ ਬਿਜ਼ੀ ਹੋਣ। ਥੈਂਕ ਯੂ ਨਿਰਮਲ ਸਿੰਘ ਜੀ। ਇੱਥੇ ਕਰਦੇ ਆ ਕਿੱਤਾ ਪਰ ਮੇਰੇ ਖਿਆਲ ਜਿਹੜਾ ਪ੍ਰਾਈਵੇਟ ਜੋਬ ਆ ਉਹਦੀ ਪ੍ਰੋਪਰ ਰੈਕਗਨੀਸ਼ਨ ਹੈ ਨਹੀਂ। ਕੱਲ੍ਹ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਮੇਰੇ ਚੰਗੇ ਵਾਕਫ ਨੇ ਚੰਗੇ ਦੋਸਤ ਆ ਬੌਬ ਢਿੱਲੋਂ ਉਹਨਾਂ ਨੂੰ ਆਰਡਰ ਆਫ ਕੈਨੇਡਾ ਦਾ ਮਾਨ ਸਨਮਾਨ ਉੱਥੇ ਦਿੱਤਾ ਗਿਆ। ਬਿਜ਼ਨਸਮੈਨ ਨੇ ਉਹ ਕੈਲਗਰੀ 'ਚ ਰਹਿੰਦੇ ਆ ਸਾਰੇ ਕੈਨੇਡਾ ਦੇ ਵਿੱਚ ਉਹ ਬਿਜ਼ਨਸ ਕਰਦੇ ਆ ਐਜੂਕੇਸ਼ਨਲ ਟਰੱਸਟ ਵੀ ਉਹਨਾਂ ਨੇ ਚਲਾਈ ਹੋਈ ਆ ਸਿੱਖਿਆ ਦੇ ਕੰਮ ਵੀ ਕਰਦੇ ਆ ਹੋਰ ਵੀ ਸਮਾਜਿਕ ਕੰਮ ਕਰਦੇ ਆ ਪਰ ਸਰਕਾਰ ਵੱਲੋਂ ਉਹਨਾਂ ਨੂੰ ਰੈਕਗਨਾਈਜ਼ ਕੀਤਾ ਗਿਆ। ਇਹੋ ਜਿਹੇ ਬਹੁਤ ਸਾਰੇ ਉੱਥੇ ਲੋਕ ਨੇ ਕੁਝ ਇਹੋ ਜਿਹੇ ਲੋਕ ਨੇ ਜਿਹਨਾਂ ਨੂੰ ਸਰਕਾਰ ਰੈਕਗਨਾਈਜ਼ ਕਰਕੇ ਉੱਥੋਂ ਦੀ ਸੈਨੇਟ ਦੇ ਵਿੱਚ ਭੇਜ ਦਿੰਦੀ ਆ ਜਾਂ ਹੋਰ ਉਹਨਾਂ ਨੂੰ ਮਾਨ ਸਨਮਾਨ ਦਿੰਦੀ ਆ। ਸਾਡਾ ਪ੍ਰਾਈਵੇਟ ਲੋਕ ਜਿੰਨਾ ਚਿਰ ਤੱਕ ਤਾਂ ਬਿਲਕੁਲ ਕਿਸੇ ਪਾਰਟੀ ਦੇ ਨੇੜੇ ਨਹੀਂ ਹੋ ਜਾਂਦੇ ਉਹਨਾਂ ਚਿਰ ਤੱਕ ਉਹਨੂੰ ਰੈਕਗਨਾਈਜ਼ ਕਰਦੀ ਅਦਰਵਾਈਜ਼ ਰੈਕਗਨਾਈਜ਼ ਨਹੀਂ ਕਰਦੀ। ਸੋ ਪ੍ਰਾਈਵੇਟ ਬਿਜ਼ਨਸ ਨੂੰ ਵੀ ਉੱਪਰ ਸਾਨੂੰ ਚੁੱਕਣ ਦੀ ਲੋੜ ਹੈ। ਹਰਿੰਦਰਜੀਤ ਸਿੰਘ ਥਾਂਡੀ ਦਾ ਕਮੈਂਟ ਆਇਆ ਕਿ ਇਹ ਛੇਤੀ ਪੈਸਾ ਇਕੱਠੇ ਕਰਨ ਦੀ ਨੀਝ ਨੇ ਪੰਜਾਬ ਨੂੰ ਛੇਤੀ ਹੀ ਬਰਬਾਦ ਕਰ ਦੇਣਾ ਵਾ। ਪੁਲਿਸ ਦੇ ਕੁਝ ਅਫਸਰ ਵੀ ਇਹਦੇ 'ਚ ਰਲੇ ਹੋਏ ਨੇ ਔਰ ਲੋਕ ਅਤੇ ਵਪਾਰੀ ਜਿਹੜੇ ਨੇ ਬਹੁਤ ਡਰੇ ਆ ਸਰਕਾਰ ਦਾ ਕੰਟਰੋਲ ਨਹੀਂ ਲੱਗਦਾ। ਇਹ ਹਰਿੰਦਰ ਸਿੰਘ ਥਾਂਡੀ ਦਾ ਬਹੁਤ ਸਟਰੋਂਗ ਕਮੈਂਟ ਹੈ। ਮੈਨੂੰ ਲੱਗਦਾ ਨਰਿੰਦਰ ਟਵਾਣਾ ਵੀ ਸਾਡੇ ਨਾਲ ਜੁੜ ਗਏ ਨੇ ਉਹਨਾਂ ਦਾ ਵੀ ਸਵਾਗਤ ਹੈ। ਮੈਂ ਫਿਰ ਦੱਸ ਦੇਵਾਂ ਪੁਲਿਸ ਮੁਤਾਬਕ ਨਵਾਂ ਗੈਂਗ ਕੋਈ ਪੈਦਾ ਹੋਇਆ ਔਰ ਇਹਦਾ ਸਰਗਨਾ ਅਮਰੀਕਾ 'ਚ ਨੇ ਪੁਲਿਸ ਨੇ ਜੋ ਨਾਂ ਦਿੱਤਾ ਹੋਇਆ ਅਮਨਦੀਪ ਪੂਰੇਵਾਲ। ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਤਾ ਨਹੀਂ ਇਹ ਸੱਚ ਹੈ ਝੂਠ ਹੈ ਪੁਲਿਸ ਕਿੱਥੋਂ ਤੱਕ ਸਹੀ ਆ ਲੇਕਿਨ ਪੁਲਿਸ ਦਾ ਕਹਿਣਾ ਵਾ ਵੀ ਇਹਨੇ ਇਹ ਮਰਡਰ ਪਲਾਨ ਕੀਤਾ ਵਾ ਔਰ ਦੋ ਸ਼ੂਟਰ ਸਤਪਾਲ ਏਲੀਆ ਸਾਜਨ ਅਤੇ ਠਾਕੁਰ ਸੀ ਜਿਹਨਾਂ ਨੇ ਗੋਲੀ ਚਲਾਈ ਆ ਔਰ ਉਹਨਾਂ ਦੀ ਹਾਲੀ ਪਾਲਿਆ। ਕੁਝ ਹੋਰ ਜਿਹੜੇ ਸਾਜਿਕ ਜਿਹੜੇ ਸਾਜਿਸ਼ ਜਿਨ੍ਹਾਂ ਨੇ ਰਚੀ ਆ ਉਹਨਾਂ ਦੀ ਵੀ ਇਸ ਵੇਲੇ ਪਾਲਿਆ। ਜੋ ਪੁਲਿਸ ਨੇ ਪਹਿਲੇ ਦਿਨ ਦੱਸਿਆ ਸੀ ਵੀ 5 ਲੋਕ ਆਏ ਸੀ ਅਣਛਾਤੇ ਲੋਕ ਜਿਨ੍ਹਾਂ ਨੇ ਗੋਲੀ ਚਲਾਈ ਸੀ ਹੁਣ ਦੇਖਦੇ ਹਾਂ ਕਿ ਫਾਈਨਲੀ ਇਹ ਕਦੋਂ ਤੱਕ ਸਾਰੇ ਫੜੇ ਜਾਣਗੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ ਹਾਂਜੀ ਭਾਈ ਸਾਹਿਬ ਔਨ ਏਅਰ ਜੀ ਤੁਸੀਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮੈਂ ਗੁਰਦਿਆਲ ਸਿੰਘ ਗਰੇਵਾਲ ਵਾਲੇ ਬੋਲਦਾ ਕੈਨੇਡਾ ਤੋਂ। ਹਾਂਜੀ ਗਰੇਵਾਲ ਜੀ ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਐਗਜ਼ਾਮਪਲਾਂ ਜਿੰਨੀਆਂ ਮਰਜ਼ੀ ਦੇ ਜਾਓ ਜਦੋਂ ਕਿਸੇ ਬੰਦੇ ਪਹਿਲੀ ਗੱਲ ਤਾਂ ਇਹ ਜਿਹੜਾ ਆਪਣੇ ਪੰਜਾਬ ਦਾ ਕ੍ਰਾਈਮ ਰੇਟ ਹੈ ਉਹ 15-16 ਨੰਬਰ ਤੇ ਆ ਆਪਣੇ ਪੰਜਾਬ ਦੇ ਕ੍ਰਾਈਮ ਰੇਟ ਨਾਲੋਂ ਬਾਹਰਲੇ ਸਟੇਟਾਂ ਦੇ ਵਿੱਚ ਕ੍ਰਾਈਮ ਜ਼ਿਆਦਾ ਜੀ
ਆਪਣਾ 15ਵੇਂ 16ਵੇਂ ਨੰਬਰ ਤੇ ਆਉਂਦਾ ਪੰਜਾਬ ਦਾ ਲਿਸਟ ਹੈਗੀ ਆ। ਦੂਸਰੀ ਗੱਲ ਜਿਹੜੀ ਹੈਗੀ, ਤੀਜੀ ਗੱਲ, ਜਿਹੜਾ ਬੰਦਾ ਸਾਜਿਸ਼ ਘਾੜਾ ਹੈ ਉਹ ਅਮੈਰੀਕਾ ਚ ਬੈਠਾ, ਕਨੇਡਾ ਚ ਬੈਠਾ, ਕਿਤੇ ਵੀ ਬੈਠਾ, ਉਹਦੇ ਵੱਲ ਮਤ ਘੱਟ ਧਿਆਨ ਦਿਓ, ਉਹਨੂੰ ਲਿਸਟ ਚ ਰੱਖੋ ਵੈਸੇ। ਤੇ ਬਾਕੀ ਜਿਹੜੇ ਬੰਦਾ ਨੇ ਕ੍ਰਾਈਮ ਕੀਤਾ ਹੈ ਉਹਨਾਂ ਨੂੰ ਪੁੱਠੇ ਟਿਕਾਉਣਾ ਚਾਹੀਦਾ। ਦੂਸਰੀ ਗੱਲ ਇਹ ਹੈਗੀ, ਜਦੋਂ ਕਿਸੇ ਬੰਦੇ ਦੇ ਵਿੱਚ ਪੁਲਿਸ, ਹੁਣ ਦੇਖੋ ਕਿਸੇ ਬੰਦੇ ਦੇ ਵਿੱਚ ਇਰਾਦਾ ਕਤਲ ਦਾ ਹੈਗਾ, ਉਹ ਕਤਲ ਕਰਨਾ ਚਾਹੁੰਦਾ ਉਸ ਬੰਦੇ ਦਾ, ਉਹ ਕਰ ਦੇਗਾ। ਤੁਸੀਂ ਦੁਸ਼ਮਣ ਦਾ ਖਿਆਲ ਰੱਖ ਲੋਗੇ, ਸ਼ੋਰ, ਅਣਪਛਾਤੇ ਬੰਦੇ ਦਾ ਖਿਆਲ ਕਿੱਦਾਂ ਰੱਖ ਲੋਗੇ? ਸੋ ਜਿਹੜੇ ਲੋਕੀ ਕ੍ਰਾਈਮ ਕਰਦੇ ਆ ਪਹਿਲਾਂ ਉਹਨਾਂ ਨੂੰ ਦਪੋਚੀਏ, ਬਾਕੀ ਜਿਹੜੇ ਸਾਜਿਸ਼ ਕਰਦੇ ਆ ਉਹ ਵੀ ਉਹਨਾਂ ਦਾ ਖਿਆਲ ਰੱਖੋ, ਪਰ ਉਹਨਾਂ ਵੱਲ ਬਹੁਤਾ ਧਿਆਨ ਨਹੀਂ ਦੇਣ ਦੀ ਲੋੜ। ਮਿਹਰਬਾਨੀ, ਥੈਂਕ ਯੂ ਭਾਈ ਸਾਹਿਬ। ਮੀਨਵੈਲ ਪ੍ਰਵੇਸ਼ ਪ੍ਰਹਾਰ ਦਾ ਕਮੈਂਟ ਵੀ ਆਇਆ ਵਾ, ਉਹ ਕਹਿ ਰਹੇ ਨੇ ਈਜ਼ੀ ਮਨੀ ਅਤੇ ਫਲੈਸ਼ੀ ਲਾਈਫ ਸਟਾਈਲ, ਡਰੱਗ ਪ੍ਰੋਬਲਮ, ਪੋਲੀਟੀਕਲ ਪ੍ਰੋਟੈਕਸ਼ਨ, ਇਹ ਸਭ ਕੁਝ ਜ਼ਿੰਮੇਵਾਰ ਆ ਇਹ ਜੋ ਕੁਝ ਹੋ ਰਿਹਾ ਵਾ। ਮੀਨਵੈਲ ਸਿਕੰਦਰ ਸਿੰਘ ਔਜਲਾ ਦਾ ਵੀ ਕਮੈਂਟ ਆਇਆ ਕਿ ਅਸੀਂ ਛੇਤੀ ਅਮੀਰ ਹੋਣ ਵੱਲ ਜੋ ਰੁਝਾਨ ਹੈ ਸਾਡੇ ਅੰਦਰ ਉਹ ਬਹੁਤ ਖਤਰਨਾਕ ਸਿੱਧ ਹੋ ਰਿਹਾ ਵਾ। ਵੈ ਠੰਡੂਰਾ ਸਰਪੰਚ ਕਹਿ ਰਹੇ ਨੇ ਚੋਰੀਆਂ ਦਾ ਕੰਮ ਬਹੁਤ ਵੱਧ ਗਿਆ ਵਾ, ਪੁਲਿਸ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਆ। ਲਾਲ ਸਿੰਘ ਲਾਲੀ ਬੁਢਲਾਡਾ ਕਹਿ ਰਹੇ ਨੇ ਕਿ ਹਥਿਆਰ ਕਿੱਥੋਂ ਆ ਰਹੇ ਨੇ ਗੈਂਗਸਟਰਾਂ ਦੇ ਕੋਲ, ਪੁਲਿਸ ਇਸ ਗੱਲ ਦਾ ਕਿਉਂ ਨਹੀਂ ਪਤਾ ਕਰ ਰਹੀ? ਲਾਲ ਸਿੰਘ ਜੀ, ਪੁਲਿਸ ਫੜ ਰਹੀ ਆ ਬੰਦੇ, ਕਹਿ ਰਹੀ ਆ ਕਿ ਅਸੀਂ ਫੜ ਰਹੇ ਹਾਂ ਔਰ ਫੜੇ ਵੀ ਨੇ, ਪਰ ਇਹੋ ਹੀ ਗੱਲ ਆਪਾਂ ਅੱਜ ਕਰ ਰਹੇ ਹਾਂ ਵੀ ਬਥੇਰੇ ਲੋਕ ਫੜੇ ਗਏ ਆ, ਪਰ ਲੇਕਿਨ ਨਵੇਂ ਬੰਦੇ ਪੈਦਾ ਹੋ ਰਹੇ ਆ। ਇਹ ਇੱਕ ਬੜੀ ਅਜੀਬੋ ਗਰੀਬ ਜੀ ਗੱਲ ਨਿਕਲ ਕੇ ਆ ਰਹੀ ਆ। ਇਹਦਾ ਮਤਲਬ ਆ ਕਿ ਕੋਈ ਬੇਸਿਕ ਜਿਹੜਾ ਇਹਦਾ ਕੌਜ਼ ਆ, ਵਜ੍ਹਾ ਵਾ, ਅਸੀਂ ਉਹਨੂੰ ਹਾਲੀ ਉਹਦੀ ਨਬਜ਼ ਨਹੀਂ ਪਕੜ ਪਾ ਰਹੇ। ਵਿਲ ਟੇਕ ਦੀ ਨੈਕਸਟ ਕਾਲ, ਦੇਖਦੇ ਹਾਂ ਅਗਲੇ ਕਾਲਰ ਅੱਜ ਵਾਲੇ ਮਸਲੇ ਉੱਪਰ ਕਿ ਇਹ ਵਪਾਰੀ ਦਾ ਦੀ ਹੱਤਿਆ ਦਾ ਕੀ ਅਰਥ ਆ, ਨਵੇਂ ਗੈਂਗਸਟਰਸ ਕਿਉਂ ਪੈਦਾ ਹੋ ਰਹੇ ਆ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ ਭਾਈ ਸਾਹਿਬ, ਔਨ ਏਅਰ ਜੇ ਤੁਸੀਂ, ਟੀਵੀ ਦਾ ਵੋਲਿਊਮ ਹੌਲੀ ਕਰਕੇ ਫੋਨ ਤੇ ਆ ਜਾਓ। ਹਾਂਜੀ ਹਾਂਜੀ ਭਾਈ ਸਾਹਿਬ, ਔਨ ਏਅਰ ਜੇ ਤੁਸੀਂ। ਭਾਈ ਸਾਹਿਬ ਜਿਹਨਾਂ ਦੀ ਕਾਲ ਜੁੜ ਗਈ ਸੀ ਉਹ ਆਪਣੇ ਉੱਥੇ ਗੱਲ ਕਰਨ 'ਚ ਲੱਗੇ ਹੋਏ ਆ, ਸਾਡੀ ਕਾਲ ਦਾ ਧਿਆਨ ਨਹੀਂ ਦੇ ਰਹੇ। ਅਸੀਂ ਹੁਣ ਅਗਲੀ ਕਾਲ ਵੱਲ ਵੱਧਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਰਾਜ ਬੋਲ ਰਿਹਾ ਜੀ। ਹਾਂਜੀ ਰਾਜ ਜੀ। ਹਾਂਜੀ ਸੰਧੂ ਸਾਹਿਬ, ਇਹ ਦੇਖੋ ਇਹਦੇ ਵਿੱਚ ਪੁਲਿਸ ਜਿਹੜੇ ਥੱਲੇ ਲੈਵਲ ਵਾਲੀ ਪੁਲਿਸ ਹੈਗੀ ਹੈ, ਕਰਪਸ਼ਨ ਅਜੇ ਬੰਦ ਨਹੀਂ ਹੋਈ। ਪੰਜਾਬ ਗਵਰਨਮੈਂਟ ਨੇ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਲੇਕਿਨ ਉਹ ਹਾਲ ਥੱਲੇ ਤੱਕ ਨਹੀਂ ਪਹੁੰਚ ਪਾ ਰਹੀ, ਕਿਉਂਕਿ ਉਹਨਾਂ ਨੂੰ ਪੁਰਾਣੀ ਆਦਤ ਪਈ ਸੀ ਕਰਪਸ਼ਨ ਦੀ, ਪੈਸੇ ਲੈਣ ਦੀ। ਉਹ ਇੱਕਦਮ ਤੁਸੀਂ ਉਹਨਾਂ ਕੋਲ ਨਹੀਂ ਛੁਡਾ ਸਕਦੇ। ਜਿਸ ਤਰ੍ਹਾਂ ਹੁਣ ਜਿਹੜੇ ਸਿੱਧੂ ਦਾ ਮਰਡਰ ਹੋਇਆ ਸੀ, ਮਰਡਰ ਕਰਨ ਵਾਲੇ ਉਹ ਛੜਿਆ ਰਾਤ ਨੂੰ ਘੁੰਮਦੇ ਫਿਰਦੇ ਸੀ, ਗੈਸ ਪਵਾ ਰਹੇ ਸੀ, ਕੈਮਰੇ ਤੇ ਸਭ ਦਿਖਾਈ ਦੇ ਰਿਹਾ ਸੀ। ਇਸ ਦਾ ਮਤਲਬ ਇਹ ਹੋਇਆ ਕਿ ਉਸ ਏਰੀਏ ਦੀ ਪੁਲਿਸ ਦੇ ਨਾਲ ਉਹ ਰਲ ਕੇ ਉਹਨਾਂ ਨੇ ਸਾਰਾ ਕੰਮ ਕੀਤਾ, ਨਿਕਲੇ ਉੱਥੋਂ ਸਟੇਟ ਤੋਂ। ਅਗਰ ਉਹਨਾਂ ਪੁਲਿਸ ਵਾਲੇ ਨੂੰ ਉਸੇ ਵਕਤ ਤਤਪਰ ਹੋ ਜਾਣੇ ਚਾਹੀਦੇ ਸੀ ਉਹਨੂੰ ਪਕੜਨ ਵਾਸਤੇ, ਪਰ ਉਹਨਾਂ ਨੂੰ ਖੁੱਲੀ ਆਜ਼ਾਦੀ ਦਿੱਤੀ ਹੋਈ ਸੀ। ਹੁਣ ਇਸੇ ਤਰ੍ਹਾਂ ਮੈਂ ਇਹ ਕਹਿ ਰਿਹਾ ਕਿ ਜਿਹੜੇ ਹੁਣ ਪੁਲਿਸ ਦੇ ਜੇਲ੍ਹਾਂ ਦੇ ਵਿੱਚ ਬੰਦ ਹੈਗੇ ਗੈਂਗਸਟਰ ਜਿਹੜੇ ਹੈਗੇ, ਉਹ ਨਹੀਂ ਕਹਿ ਰਹੇ ਹੁਣ ਉਹਨਾਂ ਦੇ ਸਪਲਿੰਟਰ ਜਿਹੜੇ ਗਰੁੱਪ ਜਿਹੜੇ ਹੈਗੇ ਉਹਨਾਂ ਦੇ ਕੰਮ ਕਰਨ ਵਾਲੇ ਹੈਗੇ, ਉਹ ਹੁਣ ਕਹਿੰਦੇ ਆ ਕਿ ਉੱਥੋਂ ਉੱਪਰ ਇੰਸਟਰਕਸ਼ਨ ਨਹੀਂ ਆ ਰਹੀ, ਉਹ ਆਲਰੇਡੀ ਉਹ ਟ੍ਰੇਨ ਹੈਗੇ ਆ, ਉਹਨਾਂ ਨੇ ਆਪਣੇ ਗਰੁੱਪ ਬਣਾ ਕੇ ਇਹ ਕੰਮ ਸ਼ੁਰੂ ਕਰ ਦਿੱਤਾ। ਤੇ ਉਹਦੇ ਵਿੱਚ ਇਹ ਹੈ ਕਿ ਹੁਣ ਜਿਹੜੇ ਫਰੋਤੀ ਮੰਗਦੇ ਆ ਉਹਨਾਂ ਨੂੰ ਪਤਾ ਹੈ ਉਸ ਏਰੀਏ ਦੇ ਪੁਲਿਸ ਵਾਲੇ ਜਿਹੜੇ ਕੀ ਹੈ, ਕਿੰਨੇ ਕਿਸ ਤਰ੍ਹਾਂ ਉਹਨਾਂ ਨੂੰ ਨਜਿੱਠਣਾ। ਜੇ ਫਰੋਤੀ ਵਾਲਾ ਪੁਲਿਸ ਨੂੰ ਦੱਸਦਾ ਹੈ ਤੇ ਗੱਲ ਵੱਖਰੀ ਹੈ, ਜੇ ਨਹੀਂ ਦੱਸਦਾ ਤੇ ਉਹਨਾਂ ਵਾਸਤੇ ਰਾਹ ਪੱਧਰਾ ਹੋ ਜਾਂਦਾ। ਜੇ ਪੁਲਿਸ ਉਹਨੇ ਦੱਸ ਦਿੰਦਾ ਤੇ ਉਹਨਾਂ ਦਾ ਹਿੱਸਾ ਉਹਨਾਂ ਦਾ ਉਹਨਾਂ ਨੂੰ ਕੋਲ ਮਿਲ ਜਾਂਦਾ। ਪੁਲਿਸ ਬਿਲਕੁਲ ਇਨਵੋਲਵ ਹੈਗੀ ਹੈ, ਕੋਈ ਕਸਰ ਨਹੀਂ ਜਿਸ ਤਰ੍ਹਾਂ ਇੰਨੀ ਛੋਟਾ ਪੰਜਾਬ ਵਿੱਚ ਇਸ ਤਰ੍ਹਾਂ ਹੋ ਰਹੀਆਂ ਹੋਈਆਂ ਗੱਲਾਂ, ਜਿੱਦਾਂ ਹੋ ਰਹੀਆਂ ਵੱਡੇ ਵੱਡੇ ਸ਼ਹਿਰਾਂ ਵਿੱਚ ਹੋ ਰਹੀਆਂ, ਛੋਟੇ ਮੋਟੇ ਪਿੰਡਾਂ 'ਚ ਹੋਣਗੀਆਂ ਗੱਲ ਵੱਖਰੀ ਹੈ, ਵੱਡੇ ਵੱਡੇ ਸ਼ਹਿਰਾਂ ਵਿੱਚ ਹੋ ਰਹੀਆਂ, ਇਹਦੇ ਪਿੱਛੇ ਜ਼ਰੂਰ ਪੁਲਿਸ ਦੇ ਨਾਲ ਹੈਗੀ ਹੈ। ਪੰਜਾਬ ਗੌਂਡਾ ਇੰਨੀ ਗਲਤੀ ਹੈਗੀ, ਇਹ ਪੁਲਿਸ ਨੂੰ ਗ੍ਰਿਪ 'ਚ ਨਹੀਂ ਲਿਆ ਪਾ ਰਹੀ ਸਾਰੇ ਨੂੰ, ਇਹ ਮੈਂ ਜਾ ਕੇ ਆਪਣਾ ਕਹਿਣਾ। ਥੈਂਕ ਯੂ। ਮੀਨਵੈਲ ਦਲਜੀਤ ਸਿੰਘ ਮਾਨ ਦਾ ਕਮੈਂਟ ਆਇਆ ਵਾ, ਉਹ ਕਹਿ ਰਹੇ ਨੇ ਦੋਸ਼ ਸਾਡੇ ਸਾਰਿਆਂ ਦਾ ਸਾਰਿਆਂ ਨੂੰ ਜਾਂਦਾ, ਅਸੀਂ ਇੰਨੇ ਲੰਬੇ ਸਮੇਂ ਲਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਸੰਭਾਲਣ ਦੀ ਇਜਾਜ਼ਤ ਨਹੀਂ ਦਿੱਤੀ। ਬੁਰੀ ਤਰ੍ਹਾਂ ਫੇਲ ਬਹੁ ਗਿਣਤੀ ਸਿਆਸਤਦਾਨ ਸਿਰਫ ਪੈਸਾ ਇਕੱਠਾ ਕਰਨ ਦੇ ਆਪਣੇ ਸੁਪਨੇ ਪੂਰੇ ਕਰਨ ਲਈ ਮੌਜੂਦ ਹਨ। ਇਹਨਾਂ ਗੈਂਗਸਟਰਾਂ ਦੇ ਕਈ ਮੂਲ ਕਾਰਨ ਹਨ। ਇਹ ਦਲਜੀਤ ਸਿੰਘ ਮਾਨ ਦਾ ਕਮੈਂਟ ਹੈ। ਕ੍ਰਿਸ਼ਨ ਗੁਪਤਾ ਕਹਿ ਰਹੇ ਨੇ ਕਿ ਜੇ ਕਾਰਪੋਰੇਟਸ ਨੂੰ ਵੱਡੇ ਵੱਡੇ ਲੋਨ ਮਿਲ ਸਕਦੇ ਤਾਂ ਆਮ ਲੋਕਾਂ ਨੂੰ, ਬੱਚਿਆਂ ਨੂੰ ਕਿਉਂ ਨਹੀਂ ਲੋਨ ਮਿਲ ਸਕਦੇ ਆਪਣਾ ਕਾਰੋਬਾਰ ਸ਼ੁਰੂ ਕਰਨ ਵਾਸਤੇ? ਮਿਸਕੀ ਗੁਪਤਾ ਕੱਲ੍ਹ ਲੇਕ ਕਲੱਬ ਦੇ ਫੰਕਸ਼ਨ ਜਿਹਦੇ ਬਾਰੇ ਮੈਂ ਆਪਣੇ ਫੇਸਬੁੱਕ 'ਤੇ ਪਾਇਆ ਸੀ ਉਹਦੇ ਬਾਰੇ ਪੁੱਛ ਰਿਹਾ। ਮਿਸਕੀ ਗੁਪਤਾ ਜੀ, ਇਹ ਫੰਕਸ਼ਨ ਅਸੀਂ ਨਹੀਂ ਔਰਗਨਾਈਜ਼ ਕਰ ਰਹੇ ਜਿਹੜਾ ਲੇਕ ਕਲੱਬ 'ਤੇ ਹੋ ਰਿਹਾ ਵਾ, ਇਹ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਵੱਲੋਂ ਆ। ਲਿਟ ਫੈਸਟ ਆ, 3 ਦਿਨਾਂ ਦਾ ਲਿਟ ਫੈਸਟ ਆ, ਔਰ ਕੱਲ੍ਹ ਪਰਸੋਂ ਅਤੇ ਚੌਥ,
और जेड़े कुछ वो प्रोग्राम है वो बारे जानकारी दी सी। एक प्रोग्राम च मेरे वाइफ भी हिस्सा लै रहे हैं, वो पोइट्री लिखते हैं, सो उन्हों का एक सैशन है, होर भी बहुत सारे सैशन है, सो इस करके मैं वो बारे कोई बहुत ही गल नहीं कर रहा, पर चंडीगढ़ लिटरेरी सोसायटी वालों ये फंक्शन किया जा रहा। कल भी 5-6 सैशन है, परसों भी 5-6 सैशन होंगे, और उस तो अगले दिन भी 5-6 सैशन होंगे। जिमें कसौली लिट फैस सी जिहड़ा खुशवंत सिंह सरदार खुशवंत सिंह दे नाते ऑर्गेनाइज़ किया जाता, इस तरह जयपुर लिट फैसट भी है, उस तरह का ये चंडीगढ़ लिटरेरी सोसायटी वालों लेख क्लब चंडीगढ़ दे विच हर साल आयोजित किया जाता वा। मीनवाइल मजीद सुरखा भी साढ़े नाल जुड़ गए ने, वो कह रहे हैं नवे नहीं हो सकते, ये उन्हां विचों ही होणगे, नवे गैंगस्टर नहीं होणगे, ये उन्हां विचों ही होणगे नवे, क्योंकि ये एक तो पैसा अते दूजा नाम बनाउण दी ये वख वख हो रहे लगते हैं, इक्को ही गैंग ने पर पैसा बनाउण वास्ते अपना नाम बनाउण वास्ते अपनी नवी छवि जिहड़ी आ उह पेश कर रहे हैं। ये मनजीत सुरखा होना का कॉमेंट है। विल टेक द नैक्सट कॉल, देखते हैं अगले कॉलर नकोदर दोहरे कतलकांड बारे की गल साझी करनी चाहते। हैलो हैलो, हाँ जी भाई साहब। सर जी मैं हलका शाहकोट से बोल रहा हूँ, बोल कौन बोल रहे जी शाहकोट तो? चीमा बोलदा जी। हाँ जी चीमा जी, हुक्म करो। सर एक तुसी ना डे नाइट चैनल चलाया सीगा, बदलाव क्यों नहीं लेके आ रहे? साडे एमएलए हैगा कांग्रेस दा जी। अच्छा लाडी सिरों वाली आ। अच्छा लाडी सिरों वाली डेरे होने लग पे फैसले हूं साढ़े हलका इंचार्ज आम आदमी पार्टी का रतन सिंह काकड़ कला डेरे ते होने लग पे जी। अच्छा बदलाव दसो जी कि आ गया, सो की करन दी लोड़ है फिर? की हुण मैं हुण की कह सकदा, सरकार दी मर्जी है ना। वैसे दसो भी आम व्यापारियां दे विच आम लोकां दे विच की फीलिंग आ, लोकी सोचदे आ भी कोई चेंज नहीं आई, उसे तरह दे काम चल रहे, और की लोकां दी सोच है इस वेले? मैं पहलो तुहानूं इही गल कही सी भी जिद्दां तो तुसी डे नाइट चैनल चलाया सीगा वो बंद सियासत दी भेट चढ़ गया सी जी, तो हुण भी सियासत दी भेट चढ़न दे लोक, सो लोग सियासत की भेट चढ़ रहे हैं। बहुत मेहरबानी भाई साहब, जमीनी हकीकत जी तुसी बयान की आ कि हालात ओह जे ने जो जे पहलों सी, ये सिर्फ सिर्फ इश्तहारबाजी इंज लग रहा वा, इश्तहारबाजी हो रही है। विल टेक द नैक्सट कॉल। हैलो हैलो, हाँ जी भाई साहब। हाँ जी सरवण सिंह बोल रहा वैंकूवर तो। हाँ जी सरवण सिंह जी। अच्छा बेनती है भी मैं 52 साल पहला इथे माइग्रेंट होके इथे आया ही कैनेडा च। अच्छा जी। मेरा डिस्ट्रिक्ट जलंधर दे नाल संबंध आ। ठीक है जी। जदों इथे आए हां ते इथे कोई ड्रग वगैरह दा ते कोई क्राइम बिल्कुल ना मात्र सी। ठीक है जी। 20 साल तों जद तों इथे ड्रग दी प्रॉब्लम शुरू होई कैनेडा च, मैं पंजाब दी गल भी करूंगा, उदों तों 20 साल तों अपनी कम्युनिटी दे तकरीबन 800 बन मुंडा जिहड़ा आ ओह कतल हो चुका। ओहो अच्छा जी। 800 बंदा साढ़े इत्थे वैनकूवर दे विच, वैनकूवर ग्रेटर वैनकूवर च जिहड़ा के 150 किलोमीटर दे विच आ ग्रेटर वैनकूवर जी, इत्थों चिला बैक विक्टोरिया वगैरह वगैरह तुसीं इत्थे फिर चुके हो तुहानूं पता है, इन्ना कु मुंडे कतल हो चुके आ। अच्छा ओदी वजह यही है जिहड़ी कि एक भाई साहब ने अमेरिका तो कही सी, इत्थे अनइंप्लॉयमेंट जिहड़ा आ इत्थे साडी ब्रिटिश कोलंबिया दे विच वैनकूवर दे विच 80,000 नौकरियां तुहाडे लई वेट करदियां, मिनिमम वेजेस जिहड़ी आ $16 आ हर बंदे लई घट तो घट तनखा घंटे दी, हुण 18-18, $19 घंटे दे दिंदे आ, हुण जिहड़े साडे यंग मैन आ जिहड़े छेती अमीर होना चाहुंदे आ ओह कम नहीं करना चाहुंदे, ओह लग्जरी लाइफ जिहड़ी आ ओदे वल नूं देखदे आ, ओह सानूं टिचरां करदे वी तुहाडे कोल आ छोटी छोटियां कारां रखियां तुसीं बनाया की इत्थे आ के,
ਸੋ ਜੋ ਇੱਥੇ ਹਾਲ ਆ ਉਹ ਕੈਨੇਡਾ 'ਚ ਵੀ ਹੁਣ ਆਪਣੇ ਲੋਕਾਂ ਦਾ ਇਹੋ ਹੀ ਹਾਲ ਹੋ ਗਿਆ ਹੁਣ ਤੁਹਾਡੇ ਨਾਲੋਂ ਭਾਈ ਸਾਹਿਬ ਸੰਧੂ ਸਾਹਿਬ ਤੁਹਾਡੇ ਨਾਲੋਂ ਇੱਥੇ ਵਰਸਿਆ ਓਹੋ ਮੈਂ ਤੁਹਾਨੂੰ ਕੱਲ ਦੀ ਗੱਲ ਦੱਸਦਾ ਕੱਲ 24 ਘੰਟਿਆਂ ਦੇ ਵਿੱਚ ਇੱਥੇ 100 ਕਿਲੋਮੀਟਰ ਦਾ ਏਰੀਆ ਵੈਨਕੂਵਰ ਤੋਂ ਚਿਲਾਵੈਕ ਤੱਕ ਇੱਕ ਦਿਨ ਦੇ ਵਿੱਚ 3 ਕਤਲ ਹੋਏ ਆ ਇੱਕ ਚਿਲਾਵੈਕ ਇੱਕ ਮਿਸ਼ਨ ਤੇ ਇੱਕ ਨਾਰਥ ਵੈਨਕੂਵਰ ਇਹ ਆਪਣੇ ਵੀ ਬੰਦੇ ਵੈਨਕੂਵਰ ਆਪਣੇ ਆਪਣੇ ਹੁੰਦੇ ਹੀ ਆ ਵਿੱਚ ਇੱਕ ਅੱਧਾ ਬੰਦਾ ਆਪਣਾ ਰੋਜ਼ ਮਰਦਾ ਤੇ ਪਿਛਲੇ ਹਫ਼ਤੇ ਆਪਣੀ ਇੱਕ ਕੁੜੀ ਸਰੀ ਦੇ ਵਿੱਚ ਮਾਰੀ ਆ ਚੰਗੇ ਘਰਾਂ ਦੇ ਮੁੰਡੇ ਜਿਹੜੇ ਆ ਇਹ ਨੀ ਪਤਾ ਮਾਪਿਆਂ ਦਾ ਕਸੂਰ ਸੀ ਉਹ ਜਿਹੜੇ ਯੰਗ ਮੈਨ ਜਿਹਨਾਂ ਦੀ ਉਮਰ ਤਕਰੀਬਨ 20 ਸਾਲ ਤੋਂ 25 18 ਤੋਂ ਲਾ ਕੇ 25 30 ਦੇ ਵਿੱਚ ਸੀ ਉਹ ਗੈਂਗਾਂ ਬਣੀਆਂ ਉਹ ਮੌਤ ਦੇ ਮੂੰਹ ਚ ਆ ਚੁੱਕੇ ਆ ਤੇ ਕੋਈ ਜੇਲ੍ਹਾਂ ਚ ਬੈਠੇ ਆ ਸੋ ਇਹਦਾ ਮਤਲਬ ਹੈ ਡਰੱਗਸ ਨਾਲ ਪਹਿਲਾਂ ਨਜਿੱਠਣ ਦੀ ਲੋੜ ਆ ਡਰੱਗਸ ਵਜ੍ਹਾ ਦਾ ਸਾਰੇ ਪ੍ਰੋਬਲਮ ਦੀ ਇਹ ਡਰੱਗ ਦੀ ਵਜ੍ਹਾ ਆ ਸਾਰੀ ਇਹ ਫਿਰ ਛੇਤੀ ਅਮੀਰ ਹੋਣਾ ਚਾਹੁੰਦੇ ਆ ਇਹਨਾਂ ਤੇ ਪੀਅਰ ਪ੍ਰੈਸ਼ਰ ਜਿਹੜਾ ਉਹ ਏਦਾਂ ਦਾ ਆਉਂਦਾ ਵੀ ਸੋਹਣੀਆਂ ਕਾਰਾਂ ਵਧੀਆ ਕੱਪੜੇ ਗਰਲਫ੍ਰੈਂਡਸ ਉਹ ਸਾਰਾ ਪੀਅਰ ਪ੍ਰੈਸ਼ਰ ਜਿਹੜਾ ਉਹ ਇੱਥੇ ਕੈਨੇਡਾ ਦੇ ਵਿੱਚ ਜਿਹੜਾ ਬੇੜਾ ਗਰਕ ਹੋਇਆ ਆ ਮਿਹਰਬਾਨੀ ਮਿਹਰਬਾਨੀ ਕੈਨੇਡਾ ਦੀ ਹੁਣ ਆ ਜਾਓ ਹੁਣ ਤੁਸੀਂ ਦੇਖੋ ਜਿਹੜੇ ਭਾਈ ਸਾਹਿਬ ਨੇ ਅਮਰੀਕਾ ਤੋਂ ਗੱਲ ਕਹੀ ਸੀ ਨਾ ਵੀ ਆਪਣੇ ਪੰਜਾਬ ਵਿੱਚ ਵੀ ਇਹੀ ਹਾਲ ਹੈ ਅੱਜ ਮੈਂ ਕੀ ਰਿਪੋਰਟ ਪੜ੍ਹੀ ਆ ਜਿਹੜੀ ਪਾਰਲੀਮੈਂਟ 'ਚ ਆਈ ਆ ਸਾਡਾ ਪੰਜਾਬ 97ਵੇਂ ਨੰਬਰ 'ਤੇ ਆ ਆਪਣੇ ਥਰੂ ਆਊਟ ਇੰਡੀਆ ਕ੍ਰਾਈਮ ਦੇ ਵਿੱਚ ਹੁਣ ਉੱਥੇ ਵੀ ਸਾਡੇ ਜਿਹੜੇ ਮੁੰਡੇ ਆ ਸਾਡੀ ਜਿਹੜੀ ਯੰਗ ਜਨਰੇਸ਼ਨ ਆ ਉਹ ਕੰਮ ਕਰਕੇ ਖੁਸ਼ ਨਹੀਂ ਇਹ ਇਕੱਲੇ ਨੌਕਰੀਆਂ ਦੇ ਕੇ ਗਵਰਨਮੈਂਟ ਇਹਨਾਂ ਨੂੰ ਮੁੱਖ ਧਾਰਾ 'ਚ ਨਹੀਂ ਲਿਆ ਸਕਦੀ ਵੀ ਤੁਸੀਂ ਭਾਈ ਇਹ ਕੰਮ ਛੱਡ ਦਿਓ ਇਹਨਾਂ ਨੂੰ ਹੁਣ ਸਕੂਲਿੰਗ ਤੋਂ ਸ਼ੁਰੂ ਕਰਕੇ ਆਪਣੀ ਕਮਿਊਨਿਟੀ ਜਿਹੜੀ ਆ ਆਪਣੇ ਜਿਹੜੇ ਪੰਜਾਬੀ ਵੀ ਹੈਗੇ ਆ ਸਿੱਖ ਭਰਾ ਹਿੰਦੂ ਭਰਾ ਸਾਰੇ ਪੰਜਾਬ ਦੀ ਵੀ ਇਹ ਸਮੱਸਿਆ ਤੇ ਗਵਰਨਮੈਂਟ ਦਾ ਇਹ 'ਚ ਅਹਿਮ ਰੋਲ ਚਾਹੀਦਾ ਬਾਕੀ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਇਹ ਸਕੂਲਾਂ ਤੋਂ ਸ਼ੁਰੂ ਹੋ ਗਏ ਬੱਚਿਆਂ ਨੂੰ ਇਸ ਕੰਮ 'ਚ ਸਿਖਾਲੋ ਵੀ ਇਹ ਤੁਹਾਡੀ ਜ਼ਿੰਦਗੀ ਲੰਮੀ ਨਹੀਂ ਹੈ ਸ਼ੋਰ ਜੀ ਥੈਂਕ ਯੂ ਭਾਈ ਸਾਹਿਬ ਸਰਵਨ ਸਿੰਘ ਜੀ ਬਹੁਤ ਚੰਗਾ ਲੱਗਾ ਤੁਸੀਂ ਜੁੜੇ ਔਰ ਬੜੇ ਵਿਸਤਾਰ ਦੇ ਵਿੱਚ ਉੱਥੋਂ ਦਾ ਹਾਲਾਤ ਦੱਸੇ ਔਰ ਇੱਥੋਂ ਦੇ ਬਾਰੇ ਵੀ ਟਿੱਪਣੀ ਕੀਤੀ ਮੀਨਵਾਇਲ ਗਿੱਲ ਨਿਰਮਲ ਸਿੰਘ ਅਤੇ ਦਿਲਜੀਤ ਸੰਧੂ ਹੋਣਾਂ ਦਾ ਵੀ ਕਮੈਂਟ ਫੇਸਬੁੱਕ 'ਤੇ ਤੁਸੀਂ ਦੇਖ ਸਕਦੇ ਜੇ ਦਿਲਜੀਤ ਸੰਧੂ ਕਹਿ ਰਹੇ ਨੇ ਕਿ ਕੇਂਦਰੀ ਏਜੰਸੀਆਂ ਪੰਜਾਬ ਦਾ ਮਾਹੌਲ ਸ਼ਾਇਦ ਕਰਵਾ ਰਹੀਆਂ ਵਾ ਖਰਾਬ ਗਿੱਲ ਨਿਰਮਲ ਸਿੰਘ ਕਹਿ ਰਹੇ ਨੇ ਜੇ ਸੈਂਟਰ ਸਰਕਾਰ ਨੇ ਜੋ ਪੈਸਾ ਖਰਚਿਆ ਵਾ ਮੂਰਤੀ ਬਣਾਉਣ 'ਚ ਵਗੈਰਾ ਵਗੈਰਾ ਜੋ ਉਹ ਲੋਕਾਂ ਨੂੰ ਨੌਕਰੀਆਂ ਦੇਣ 'ਚ ਖਰਚਿਆ ਹੁੰਦਾ ਤਾਂ ਕਿਤੇ ਬਿਹਤਰ ਹੁੰਦਾ ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ ਹੈਲੋ ਭਾਈ ਸਾਹਿਬ ਔਨ ਏਅਰ ਜੇ ਤੁਸੀਂ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਮੈਂ ਦੁਬਾਰਾ ਆਇਆ ਜੀ ਗਰੇਵਾਲ ਹਾਂਜੀ ਗਰੇਵਾਲ ਜੀ ਬਰੀਫ ਰਿਹਾ ਥੋੜ੍ਹਾ ਜਿਹਾ ਦੁਬਾਰਾ ਤੁਸੀਂ ਕਾਲ ਕੀਤੀ ਜੀ ਬਰੀਫ ਇਸ ਤਰ੍ਹਾਂ ਹੈ ਜੀ ਮਤਲਬ ਹੈ ਵੀ ਮਤਲਬ ਜਿਹੜਾ ਬੰਦੇ ਸਸਪੈਂਡ ਕਰ ਪਿਆ ਨਾ ਇਹ ਉਹਨਾਂ ਨੂੰ ਟਰਮੀਨੇਟ ਹੋਣਾ ਚਾਹੀਦਾ ਜਾਂ ਉਹਨੇ ਚਿਰ ਦੀ ਜਿੰਨਾ ਚਿਰ ਉਹ ਸਸਪੈਂਡ ਆ ਉਹਨਾਂ ਚਿਰ ਉਹਨੂੰ ਪੇ ਨਹੀਂ ਮਿਲਣੀ ਚਾਹੀਦੀ ਨੰਬਰ ਇੱਕ ਸ਼ੋਰ ਇੱਥੇ ਕੈਨੇਡਾ ਦੇ ਸਿਰਫ ਸਸਪੈਂਡ ਕਰਨਾ ਬਹੁਤ ਨਹੀਂ ਉਹਨਾਂ ਨੂੰ ਟਰਮੀਨੇਟ ਕਰਨ ਦੀ ਲੋੜ ਹੈ ਮਿਹਰਬਾਨੀ ਥੈਂਕ ਯੂ ਲਾਸਟ ਕਾਲ ਲੈ ਕੇ ਮੈਂ ਫਿਰ ਪ੍ਰੋਗਰਾਮ ਦੀ ਸਮਾਪਤੀ ਕਰੂੰ ਹੈਲੋ ਹੈਲੋ ਹਾਂਜੀ ਭਾਈ ਸਾਹਿਬ ਹਾਂਜੀ ਭਾਈ ਸਾਹਿਬ ਔਨ ਏਅਰ ਜੇ ਤੁਸੀਂ ਹੈਲੋ ਹਾਂਜੀ ਹਾਂਜੀ ਸੰਤ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸੋਹਲ ਬੜੀ ਲੇਟ ਕਾਲ ਕੀਤੀ ਤੁਸੀਂ ਅੱਧਾ ਮਿੰਟ ਹੈ ਆਪਣੇ ਕੋਲ ਸਿਰਫ ਹੈਲੋ ਕਾਲ ਉਹਨਾਂ ਦੀ ਡਰੋਪ ਹੋ ਗਈ ਲਾਲ ਸਿੰਘ ਲਾਲੀ ਬੁਢਲਾਡਾ ਵੈਰ ਠੰਡੂ ਰਾਮ ਸਰਪੰਚ ਕ੍ਰਿਸ਼ਨ ਗੁਪਤਾ ਦੇ ਵੀ ਕਮੈਂਟ ਆਏ ਨੇ ਕ੍ਰਿਸ਼ਨ ਗੁਪਤਾ ਕਹਿ ਰਹੇ ਨੇ ਜੋ ਕਾਲਰਸ ਕਹਿ ਰਹੇ ਨੇ ਉਹਨਾਂ ਨਾਲ ਉਹ ਸਹਿਮਤ ਨਹੀਂ ਬਹੁਤ ਥੋੜ੍ਹੇ ਲੋਕ ਇਹੋ ਜਿਹਾ ਕੰਮ ਕਰਦੇ ਆ ਬਾਕੀ ਬਹੁਤ ਮਿਹਨਤੀ ਲੋਕ ਨੇ ਇਹ ਕ੍ਰਿਸ਼ਨ ਗੁਪਤਾ ਦਾ ਵਿਚਾਰ ਆ ਸਮਾਂ ਖਤਮ ਹੋ ਗਿਆ ਸੋ ਮੈਂ ਤੁਹਾਡੇ ਤੋਂ ਹੁਣ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਲੈ ਰਿਹਾ ਵਾਂ ਬਹੁਤ ਅੱਛੀ ਡਿਸਕਸ਼ਨ ਹੋਈ ਆ ਲੇਕਿਨ ਫਿਕਰ ਦੀ ਗੱਲ ਆ ਕਿ ਨਵੇਂ ਗੈਂਗਸਟਰਸ ਪੈਦਾ ਹੋ ਰਹੇ ਆ ਵਪਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਜੇ ਅਸੀਂ ਨਿਵੇਸ਼ ਲਿਆਉਣਾ ਚਾਹੁੰਦੇ ਹਾਂ ਜੇ ਅਸੀਂ ਚਾਹੁੰਦੇ ਹਾਂ ਵੀ ਬਿਜ਼ਨਸ ਵਧੇ ਅਮਨ ਸ਼ਾਂਤੀ ਬਹੁਤ ਜ਼ਰੂਰੀ ਆ ਸੋ ਸਰਕਾਰ ਨੂੰ ਵੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਸਰਕਾਰ ਨੂੰ ਵਿਰੋਧੀ ਧਿਰਾਂ ਨਾਲ ਮਿਲ ਕੇ ਔਰ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਨਾਲ ਮਿਲ ਕੇ ਇਕੱਠੇ ਕੰਮ ਕਰਨ ਦੀ ਲੋੜ ਆ ਸਿਰਫ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਸਾਨੂੰ ਸਾਰੇ ਹੱਥ ਇਕੱਠੇ ਕਰਕੇ ਸਾਨੂੰ ਅੱਗੇ ਵਧਣਾ ਹੋਵੇਗਾ ਇਸ ਆਸ ਦੇ ਨਾਲ ਮੈਂ ਹੁਣ ਪ੍ਰੋਗਰਾਮ ਖਤਮ ਕਰ ਰਿਹਾ ਨਮਸਕਾਰ ਸਤਿ ਸ਼੍ਰੀ ਅਕਾਲ ਖੁਦਾ ਹਾਫਿਜ਼